ਪ੍ਰੋਵਾਈਡਰ ਦੇ ਕੋਲ ਜੇ ਬੱਚੇ ਆਉਣ ਤਾਂ ਕਿਉਂ ਆਉਣ ਤੁਸੀਂ ਕੀ ਫਰੋਸਾ ਦੇ ਰਹੇ ਹੋ ਔਰ ਕਿੰਨੇ ਚ ਬੱਚੇ ਨੂੰ ਤੁਸੀਂ ਵੇਚਦੇ ਹੋ ਹੈਗੇ ਹੋ ਪ੍ਰੋਵਾਈਡਰਸ ਦੇ ਵਿੱਚ ਦੂਸਰੇ ਵਾਂਗੂ منہ ਬਹੁਤ ਵੱਡੇ ਨਹੀਂ ਹੈਗੇ ਬਹੁਤ ਛੋਟੇ ਛੋਟੇ ਨੇ ਇਹ ਅਸੀਂ ਸਹਿੰਦਾ ਸੰਦਾ ਆਪਣੀ ਕੰਸਲਟੈਂਸੀ ਨਾਲ ਗੁਜ਼ਾਰਾ ਕਰਨਾ ਹੈ ਔਰ ਜਿਹੜੇ ਨਹੀਂ ਗੱਲ ਪੈਕੇजेस ਦੀ ਪੈਕੇजेस ਵੀ ਸਾਡੇ ਹੋਰਾਂ ਨਾਲੋਂ ਬਹੁਤ ਘੱਟ ਰੇਟ ਦੇ ਗ੍ਰੇਨਡ ਕੱਪੜਿਆਂ ਸਾਨੂੰ ਆਫਰ ਵੀ ਮਿਲਦਾ ਹੈ ਔਰ ਸਾਨੂੰ ਇਹ ਵੀ ਕਹਿ ਜਾਂਦਾ ਕਿ ਇੱਥੇ ਹੀ ਨਿਸੇਲ ਲੱਗੀ ਹੋਈ ਹੈ ਤਾਂ ਏਜੰਟ ਸੇ ਬੜੇ ਲਾਲਚ ਦਿੰਦੇ ਨੇ ਇਹ ਤੁਹਾਡੇ ਵੱਲੋਂ ਵੀ ਕੋਈ ਲਾਲਚ ਦਿੱਤਾ ਜਾਂਦਾ ਹੈ ਜਾਂ ਕੋਈ ਆਫਰ ਹੈਗਾ ਸਾਡੇ ਵੱਲੋਂ ਹੈਗਾ ਜੀ ਜਿਹੜੇ ਬੱਚੇ ਉਸ ਦਿਨ ਇਨਰੋਲ ਹੋਣਗੇ ਔਰ ਜਿਸ ਦਿਨ ਉਹਨਾਂ ਦਾ ਰਿਜ਼ਲਟ ਆਊਗਾ ਮਤਲਬ ਉਹਨਾਂ ਦਾ ਵੀਜ਼ਾ ਆਊਗਾ ਉਸ ਵੀਜ਼ੇ ਦੇ ਨਾਲ ਅਸੀਂ ਉਹਨਾਂ ਨੂੰ ਲੈਪਟਾਪ ਫ੍ਰੀ ਦਵਾਂਗੇ ਲੋਕ ਸਾਡੇ ਤੇ ਵਿਸ਼ਵਾਸ ਕਿਉਂ ਕਰਦੇ ਦੇਖੋ ਇਕ ਤੋ ਸਾਡਾ ਪੁਰਾਣਾ ਤਜਰਬਾ 16 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ ਮੈਨੂੰ ਖੁਦ ਨੂੰ ਇਸ ਲਾਈਨ ਦੇ ਵਿੱਚ 16 ਸਾਲ ਹੋ ਗਏ ਮੈਂ ਸੰਜੂਰ ਤੋਂ ਇੱਕ ਛੋਟਾ ਹੀ ਆਫਿਸ ਕਰਿਆ ਸੀਗਾ ਅੱਜ ਪੰਜਾਬ ਦੇ ਵਿੱਚ 6 ਆਫਿਸ ਨੇ ਮੇਰੇ ਉਹ ਵੀ ਵਧੀਆ ਵੱਡੇ ਸ਼ਹਿਰਾਂ ਤੇ ਜੋ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਹਾਂ ਫਾਈਲ ਦੀ ਪ੍ਰੈਪਰੇਸ਼ਨ 16 ਸਾਲ ਦੇ ਤਜਰਬੇ ਦੇ ਵਿੱਚ ਅਸੀਂ ਜੋ ਦੇਖਿਆ ਕਿਸ-ਕਿਸ ਜਗ੍ਹਾ ਤੇ ਬੱਚਾ ਦੀ ਅਗਰ ਵੀਕ ਪ੍ਰੋਫਾਈਲ ਦਾ ਬੱਚੇ ਦੀ ਤਾਂ ਉਹਨੂੰ ਕਿਦਾਂ ਸਟਰੋਂਗ ਕਰਨਾ ਸੱਤ ਬੈਂਡ ਵਾਲਾ ਬੱਚਾ ਮੇਰੇ ਕੋਲ ਪਿਛਲੇ ਮਹੀਨੇ ਇੱਕ ਮਤਲਬ ਉਹਦਾ ਵੀਜ਼ਾ ਰਿਜਰਵ ਹੈ ਬੱਚਾ ਪਹਿਲਾਂ 7 ਵਾਰ 8ਵੀਂ ਵਾਰ ਰਿਫਿਊਜ਼ ਹੋਇਆ ਉਹ ਹੈ ਸਟਾਨੀਅਰ ਪ੍ਰੋਫਾਈਲਸ ਨੇ ਤਾਂ ਸਾਡੇ 5 ਬੈਂਡ ਨਾਲ ਮੈਂ ਫਾਈਨਲ ਲੈ ਰਿਹਾ ਉਹ ਵੀ ਮੈਂ ਪੈਕੇਜ ਦੇ ਵਿੱਚ ਲੈ ਰਿਹਾ ਹੈਨਾ ਜਿਹਦੇ ਵਿੱਚ ਮੈਂ ਕਹ ਰਿਹਾ ਅੰਬੈਸੀ ਫੀਸ ਵੀ ਅਸੀਂ ਪੇ ਕਰਾਂਗੇ ਤੁਸੀਂ ਨਹੀਂ ਪੇ ਕਰਨੀ ਬੱਚੇ ਨੂੰ ਨਹੀਂ ਕਹਿੰਦਾ ਤੁਸੀਂ ਸਾਨੂੰ ਬਾਅਦ ਚ ਪੈਸੇ ਦਿਓ ਇਹ ਕਹਿ ਸਕਦੇ ਕਿ ਤੁਸੀਂ ਮਾਹਿਰ ਹੋ ਕਿ 5.5 ਵਿੱਚ ਵੀਜ਼ਾ ਲੈ ਕੇ ਦੋ ਬਿਲਕੁਲ ਅਸੀਂ ਦਾਅਵਾ ਕਰਦੇ ਹਾਂ ਸੀਗਾ ਅਸੀਂ ਬੇਸਿਕ ਫੀਸ ਵੀ ਦਵਾਂਗੇ ਤੁਹਾਡੀ ਫੀਸ ਵੀ ਸਾਰੀ ਦਵਾਂਗੇ ਇਹੋ ਜਿਹਾ ਕਿਉਂ ਤੁਸੀਂ ਕਰਦੇ ਹੋ ਹੈ ਕਿ ਅਸੀਂ ਸਭ ਕੁਝ ਪਹਿਲਾਂ ਕਰਾਂਗੇ ਉਸ ਤੋਂ ਬਾਅਦ ਤੁਸੀਂ ਸਾਡੇ ਤੇ ਤੁਹਾਨੂੰ ਤੁਸੀਂ ਬਾਅਦ ਚ ਫੀਸ ਦਿਓ ਕੱਚ ਗੁੱਡ ਸਾਡੀ ਅਜ ਤੱਕ ਕੋਈ ਕੰਪਲੀਟ ਨਹੀਂ ਕੋਈ ਸਾਡੇ ਰਿਵਿਊਜ਼ ਬਾੜ ਨਹੀਂ ਹੈਗੇ ਸਾਡੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਤੁਸੀਂ ਚੈੱਕ ਕਰ ਲਓ ਕਿਉਂਕਿ ਅਸੀਂ ਬੱਚਿਆਂ ਨਾਲ ਗਲਤ ਕਮਿਟਮੈਂਟ ਕਰਦੇ ਹਾਂ ਮਾਪੇ ਵੀ ਚਾਹੁੰਦੇ ਕਿ ਬੱਚਾ ਬਾਹਰ ਸੈੱਟ ਹੋ ਜੇ ਅਸੀਂ ਚੁੱਲ ਕੇ ਸਭ ਪਰਵਾਹ ਸੈੱਟ ਹੋ ਜਾਏਗਾ ਇਹ ਜਿਹੜੀ ਇੱਕ ਇਹ ਹੋੜ ਆ ਗਈ ਇੱਕ ਹੋਰਾ ਦੀ ਏਜੰਸੀ ਉਹ ਕਹਿੰਦੇ ਕਿ ਅਸੀਂ ਬਾਹਰ ਭੇਜਾਂਗੇ ਦਾਅਵੇ ਕਰਨੇ ਸ਼ੁਰੂ ਕਰ ਦਿੰਦੇ ਨੇ ਤਾਂ ਕੀ ਲੱਗਦਾ ਹੈ ਕਿ ਜ਼ਮੀਰ ਮਰਦੇ ਜਾਂਦੇ ਨਹੀਂ ਲੋਕਾਂ ਦੇ ਕਿ ਦੇਖਿਆ ਨਹੀਂ ਜਾਂਦਾ ਧੋਖਾ ਠੱਗੀਆਂ ਜਿਹੜੀਆਂ ਲੋਕ ਕਰਨਾ ਸ਼ੁਰੂ ਕਰ ਦਿੰਦੇ ਅਰਜਿਤੇ ਟਾਈਮ ਤੇ ਜੋ ਨਹੀਂ ਜਾ ਪਾਂਦਾ ਉਹ ਸਿਰਫ ਦੋ ਬੱਚੇ ਨੇ ਜਿਹਦੇ ਕੋਲ ਜੋ ਅਫੋਰਡ ਨਹੀਂ ਕਰਦਾ ਜਾਂ ਜੋ ਜਿਸ ਦਾ ਪ੍ਰੋਫਾਈਲ ਸੂਟੇਬਲ ਨਹੀਂ ਚਾਹੇ ਉਹ ਕਿਸੇ ਵੀ ਕੰਟਰੀ ਦਾ ਸਟਡੀ ਵੀਜ਼ਾ ਸਿਰਫ ਦੋ ਹੀ ਕਾਰਨ ਨੇ ਜੋ ਬੱਚਾ ਅੱਜ ਦੇ ਟਾਈਮ ਤੇ ਨਹੀਂ ਜਾ ਰਿਹਾ ਉਹਦੀ ਸਾਲ ਡੇਢ ਸਾਲ ਭਕਾਈ ਕਰਾਉਂਦੇ ਆ ਫਿਰ ਉਹ ਬਾਅਦ ਚ ਕਹਿੰਦੇ ਤੇਰਾ ਲੱਗਿਆ ਨਹੀਂ ਕੱਟ ਕੇ ਉਹਨੇ ਬਸ ਵਾਪਸ ਕਰ ਆ ਅੱਜ ਦੇ ਟਾਈਮ ਦੇ ਵਿੱਚ ਜੋ ਸਿਨੈਰੀਓ ਸੱਚਾਈ ਹੋਏ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੂ ਪੰਜਾਬ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਅਕਸਰ ਜਦੋਂ ਬੱਚੇ 12ਵੀਂ ਜਮਾਤ ਪਾਸ ਕਰਦੇ ਨੇ ਤਾਂ ਮਾਪੇ ਕਹਿੰਦੇ ਕਿ ਇੱਥੇ ਰੁਜ਼ਗਾਰ ਨਹੀਂ ਮਿਲਣਾ ਕਾਲਜ ਦੀ ਪੜ੍ਹਾਈ ਤੇ ਅਸੀਂ ਸਮਾਂ ਖਰਾਬ ਨਾ ਕਰੀਏ ਆਲਸ ਕਰਵਾਈਏ ਤੇ ਬਾਹਰ ਭੇਜਦੀ ਹੈ ਅੱਜ ਵੈਸੇ ਹੋੜ ਵੀ ਇਹੀ ਹੋਈ ਹੈ ਕਿ ਹਰ ਬੱਚਾ ਵਿਦੇਸ਼ ਜਾਣ ਦੀ ਚਾਹਤ ਰੱਖਦਾ ਹੈ ਮਾਪਿਆਂ ਦੇ ਸੁਪਨੇ ਹੁੰਦੇ ਨੇ ਬੱਚਿਆਂ ਦੇ ਸੁਪਨੇ ਹੁੰਦੇ ਨੇ ਕਿ ਅਸੀਂ ਚੰਗੇ ਦੇਸ਼ ਭੇਜੀ ਪਰ ਹੁੰਦਾ ਕੀ ਹੈ ਕਈ ਵਾਰ ਗਲਤ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਬਹੁਤ ਸਾਰੇ ਬੱਚਿਆਂ ਦਾ ਇੱਥੇ ਭਵਿੱਖ ਵੀ ਖਰਾਬ ਹੋ ਜਾਂਦਾ ਹੈ ਸੋ ਅ ਬੱਚੇ ਕਿਸ ਤਰੀਕੇ ਨਾਲ ਸਹੀ ਏਜੰਟ ਕੋਲ ਜਾਣ ਕਿਸ ਤਰੀਕੇ ਨਾਲ ਸਹੀ ਤਰੀਕਾ ਕਿ ਬਹੁਤ ਸਾਰੇ ਤੁਸੀਂ ਮਸ਼ਹੂਰੀਆਂ ਵੀ ਦੇਖਦੇ ਹੋ ਤਾਂ ਹਰ ਕੋਈ ਆਵਾਜ਼ਾਂ ਮਾਰਦਾ ਕਿ ਸਾਡੇ ਕੋਲ ਆਓ ਤੁਹਾਨੂੰ ਅਸੀਂ 7 ਲੱਖ ਚ ਵੇਚਾਂਗੇ 6 ਲੱਖ ਚ ਵੇਚਾਂਗੇ 10 ਲੱਖ ਚ ਵੇਚਾਂਗੇ ਤਾਂ ਕੀ ਵਾਕਈ ਚ ਕਿੰਨੀ ਕ ਸਚਾਈ ਹੈ ਇਸ ਪੂਰੀ ਸਚਾਈ ਤੋਂ ਪਰਦਾ ਹਟਾਉਣ ਦੇ ਲਈ ਸਾਡੇ ਨਾਲ ਪ੍ਰੋਵਾਈਡਰ ਓਵਰਸੀਜ਼ ਤੋਂ ਜੁੜੇ ਹੋਏ ਨੇ ਮਨਦੀਪ ਸਿੰਘ ਆਲਖ ਖੁਣਾਣਾਗਰ ਬਾਤ ਕਰਦੇ ਆ ਬੱਚਿਆ ਨੂੰ ਬਾਹਰ ਜਾਣਾ ਹੋਵੇ ਤਾਂ ਚੰਗਾ ਏਜੰਟ ਤੱਕ ਕਿਵੇਂ ਪਹੁੰਚੀਏ ਸੋ ਸਵਾਗਤ ਕਰਦੇ ਆਂ ਪ੍ਰੋ ਪੰਜਾਬ ਟੀਵੀ ਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਜਿੱਦਾਂ ਮੈਂ ਪਹਿਲੇ ਸ਼ੁਰੂਆਤ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਬੱਚੇ ਅਕਸਰ ਇਹ ਚੁੰਦੇ ਨੇ ਕਿ ਅਸੀਂ ਕਿਸ ਏਜੰਟ ਕੋਲ ਜਾਈਏ ਅਕਸਰ ਅਜਿਹਾ ਆਮ ਤੌਰ ਤੇ ਹਰ ਚੈਨਲ ਤੇ ਹਰ ਇੱਕ ਇੰਟਰ ਵਿੱਚ ਦਿਖਦੇ ਆਂ ਹਰ ਕੋਈ ਦਾਵਾ ਕਰਦਾ ਹੈ ਕਿ ਮੈਂ ਤੁਹਾਨੂੰ ਇੰਨੇ ਲੱਖ ਵਿੱਚ ਬਾਹਰ ਭੇਜਦਾਗਾ ਤੁਹਾਡੇ ਵੱਲੋਂ ਕੋਈ ਦਾਵਾ ਹੈ ਜੀ ਬਿਲਕੁਲ ਮਨਦੀਪ ਸਾਡੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ ਜੀ ਬਟ ਸਾਡੇ ਦਾਅਵੇ ਅਸਲ ਦਾਅਵੇ ਨੇ ਪਹਿਲਾਂ ਮੈਂ ਗੱਲ ਕਰ ਦਾਂ ਜੋ ਤੁਸੀਂ ਗੱਲ ਸਟਾਰਟ ਕੀਤੀ ਸੀ ਕਿ ਬੱਚਿਆਂ ਨੂੰ ਪਲੱਸ 2 ਤੋਂ ਬਾਹਰ ਬਾਹਰ ਭੇਜਣ ਦੀ ਦੌੜ ਛੇੜੀ ਹੈ ਉਹ ਅੱਜ ਦੀ ਨਹੀਂ ਹੈ ਪੰਜਾਬੀਆਂ ਦੇ ਖੂਨ ਚ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਪਹਿਲਾਂ ਇਹ ਹੁੰਦਾ ਸੀਗਾ ਕਿ ਅਸੀਂ ਬਾਰਡਰ ਕਿਦਾਂ ਟਪਾਈਏ ਹੁਣ ਪੰਜਾਬੀਆਂ ਨੂੰ ਇੱਕ ਰਾਹ ਮਿਲ ਗਿਆ ਪੰਜਾਬੀਆਂ ਨੇ ਇੱਕ ਸੋਚ ਲੈ ਗਿਆ ਸੀ ਆਪਣਾ ਕਿਤੇ ਨਾ ਕਿਤੇ ਕਰੀਅਰ ਸਟੈਂਡ ਕਰਨਾ ਹੈ ਬਾਹਰ ਉਹਨਾਂ ਨੂੰ ਬਹੁਤ ਵਧੀਆ ਆਪਰਚੂਨਿਟੀ ਹੈ ਔਰ ਰਾਈਟ ਵੇ ਚ ਜਾਣ ਦਾ ਇੱਕ ਵਧੀਆ ਸੋਰਸ ਮਿਲ ਗਿਆ ਹੁਣ ਬੱਚੇ ਪਲੱਸ 2 ਕਰਦੇ ਆ ਹੁਣ ਪਹਿਲਾਂ ਅੱਜ ਤੋਂ ਮੈਂ ਅਗਰ ਮੈਨੂੰ ਇਸ ਲਾਈਨ ਚ ਬਹੁਤ ਟਾਈਮ ਹੋ ਗਿਆ ਪਹਿਲਾਂ ਗੱਲ ਕਰੀਏ ਤਾਂ 5 5.5 ਬੈਂਡ ਬੱਚਿਆਂ ਦੇ ਕਿਸੇ ਕਿਸੇ ਦੇ ਆਉਂਦੇ ਸੀ ਅੱਜ ਜੇ ਤੁਸੀਂ ਕੋਈ ਵੀ ਬੱਚਾ ਚੱਕ ਕੇ ਦੇਖ ਲੋ 6 6.5 7 ਬੈਂਡ ਆਰਾਮ ਨਾਲ इजीली ਆ ਰਹੇ ਜੋ ਰੂਟੀਨ ਚ ਸਾਡੇ ਕੋਲ ਪ੍ਰੋਫਾਈਲਸ ਆ ਰਹੀਆਂ ਨੇ ਬੱਚਿਆਂ ਦੀ ਤੇ ਰਹੀ ਗੱਲ ਦਾਅਵਿਆਂ ਦੀ ਸਾਡੇ ਦਾਅਵੇ ਨੇ ਜਿਹੜੇ ਉਹ ਬਿਲਕੁਲ ਤੁਸੀਂ ਦੇਖੋਗੇ ਕਿ ਮੈਂ ਆਪਣੇ ਵਰਡਸ ਨਹੀਂ ਬੋਲਦਾ ਤੁਸੀਂ ਬੱਚਿਆਂ ਨੂੰ ਕੋ ਸਾਡੇ ਆਫਿਸ ਇੱਕ ਵਾਰੀ ਆਓ ਤੇ ਅਸੀਂ ਜੋ ਦਾਅਵੇ ਕਰਦੇ ਆ ਉਹ ਦੂਜਿਆਂ ਨਾਲੋਂ ਬਿਲਕੁਲ ਡਿਫਰੈਂਟ ਹੈ ਅਸੀਂ ਤਾਂ ਕਹਿੰਦੇ ਕਿ ਤੁਸੀਂ ਅੰਬੈਸੀ ਫੀਸ ਵੀ ਨਾ ਦਿਓ ਅਸੀਂ ਦੇ ਦਾਂਗੇ ਲੋਕੀ ਬੜਾ ਇਸ ਗੱਲ ਤੇ ਇਤਰਾਜ਼ ਕਰਦੇ ਆ ਵੀ ਤੁਸੀਂ ਇਦਾਂ ਕਿਦਾਂ ਕਰ ਸਕਦੇ ਹੋ ਇਸਕੇ ਸਾਡਾ ਟੈਕਟ ਹੈ ਸਾਡੀ ਫਾਈਲ ਪ੍ਰੈਪਰੇਸ਼ਨ ਹੈ ਸਾਡੀ ਐਸਓਪੀ ਹੈ ਹੈਨਾ ਸਾਨੂੰ ਪਤਾ ਅਸੀਂ ਬੱਚੇ ਦਾ ਪ੍ਰੋਫਾਈਲ ਜੋ ਹੈ ਉਹ ਰਿਐਲਿਟੀ ਚ ਕੀ ਹੈ ਤੇ ਉਹਨੂੰ ਕਿਦਾਂ ਹੋਰ ਅਸੀਂ ਇਹਨੂੰ ਪਾਲਿਸ਼ ਕਰ ਸਕਦੇ ਆਂ ਕੈਸੇ ਤਾਂ ਕਹਾਵਤ ਵੀ ਹੈ ਕਿ ਹਰ ਘੁਮਿਆਰ ਆਪਣਾ ਭਾਂਡਾ ਜ਼ਰੂਰ ਸਲਾਉਂਦਾ ਹੁੰਦਾ ਹੈ ਤਾਂ ਤੁਸੀਂ ਵੀ ਇਹ ਕਹਿ ਰਹੇ ਹੋ ਕਿ ਸਾਡੇ ਕੋਲ ਜ਼ਰੂਰ ਆਓ ਅਸੀਂ ਅਸੀਂ ਤੁਹਾਨੂੰ ਇੱਕ ਦਾਵਾ ਕਰਦੇ ਹਾਂ ਬਹੁਤ ਸਾਰੇ ਬੱਚਿਆਂ ਦੀ ਰਿਫਿਊਜ਼ਲ ਆਈ ਹੁੰਦੀ ਹੈ ਤਾਂ ਬੱਚੇ ਕਹਿੰਦੇ ਕਿ ਪਹਿਲਾ ਦੱਸੋ ਕਿ ਰਿਫਿਊਜ਼ਲ ਆਣ ਦੇ ਚਾਂਸ ਕਿਉਂ ਹੁੰਦੇ ਆ ਸਭ ਤੋਂ ਪਹਿਲਾ ਸਵਾਲ ਹੈ ਆਪਾਂ ਇੱਥੇ ਤੋਂ ਸ਼ੁਰੂ ਕਰ ਲੈਣੇ ਆ ਕਿ ਬਹੁਤ ਸਾਰੇ ਬੱਚੇ ਮਾਪੇ ਪਤਾ ਨਹੀਂ ਕਿਸ ਤਰੀਕੇ ਨਾਲ ਪੈਸਾ ਇਕੱਠਾ ਕਰਦੇ ਨੇ ਕੋਈ ਕਰਜ਼ਾ ਚੁੱਕਦਾ ਹੈ ਕੋਈ ਆਪਣੀ ਜ਼ਮੀਨਾ ਗਹਿਣੇ ਰੱਖਦਾ ਹੈ ਕੋਈ ਜ਼ਮੀਨਾ ਵੇਚਦਾ ਵੀ ਹੈ ਤਾਂ ਉਹ ਚਾਹੁੰਦੇ ਆ ਕਿ ਅਸੀਂ ਜੇ ਪਹਿਲੀ ਵਾਰ ਫਾਈਲ ਲਵਾਈਏ ਬੱਚੇ ਦਾ ਵੀਜ਼ਾ ਸੜ ਤੀ ਪਹੁੰਚ ਜਾਏ ਇੱਕ ਕਿਸਮਤ ਹੁੰਦੀ ਆ ਜਾਂ ਏਜੰਟ ਦੇ ਕੋਈ ਫਾਲਟ ਹੁੰਦਾ ਹੈ ਨਹੀਂ ਇਸ ਦੇ ਵਿੱਚ ਦੋਨੋਂ ਹੀ ਗੱਲਾਂ ਮੈਂ ਦੇਖੀਆਂ ਹੂੰ ਤੱਕ ਦੇ ਆਪਣੇ ਕੈਰੀਅਰ ਦੇ ਵਿੱਚ ਸਾਡੇ ਕੋਲ ਬੱਚੇ ਆਉਂਦੇ ਆ ਜਦੋਂ ਅਸੀਂ ਦੇਖਦੇ ਆ ਕਿ ਏਜੰਟ ਨੂੰ ਅਸੀਂ 20 ਲੱਖ ਦਿੱਤਾ 15 ਲੱਖ ਦਿੱਤਾ ਸਾਡਾ ਬੱਚਾ ਨਹੀਂ ਜਾ ਪਾਇਆ ਰਿਫਿਊਜ਼ ਹੋ ਗਿਆ ਜਾਂ ਕਈ ਤਾਂ ਇਹੇ ਜਿਹੇ ਆਉਂਦੇ ਆ ਵਿਚਾਰੇ ਜਿਨ੍ਹਾਂ ਦੀ ਫਾਈਲ ਹੀ ਨਹੀਂ ਲੱਗਦੀ ਹਮ ਇਹ ਸਾਲ ਸਾਲ ਡੇਢ ਡੇਢ ਸਾਲ ਤੋਂ ਦੋ ਦੋ ਸਾਲ ਤੱਕੇ ਖਾਨ ਤੋਂ ਬਾਅਦ ਵੀ ਉਹਦੇ ਚ ਕਸੂਰ ਕੁਛ ਮੈਂ ਕਹੂੰਗਾ ਅਵੇਅਰਨੈਸ ਦਾ ਵੀ ਹੈ ਜੋ ਬੱਚੇ ਰਾਈਟ ਵੇ ਨਹੀਂ ਜਾਣਾ ਪਸੰਦ ਕਰਦੇ ਉਹ ਈਜ਼ ਲੱਭਦੇ ਆ ਸਾਨੂੰ ਸੌਖਾ ਰਸਤਾ ਕਿੱਦਾਂ ਮਿਲਦਾ ਉਹ ਏਜੰਡਾ ਦੀਆਂ ਗੱਲਾਂ ਚ ਆ ਜਾਂਦੇ ਆ ਉੱਥੇ ਵਿਚਾਰੇ ਇਹ ਸਾਰਾ ਪੈਸੇ ਦਾ ਨੁਕਸਾਨ ਜਾਂ ਕਰੀਅਰ ਦਾ ਨੁਕਸਾਨ ਸਮੇਂ ਦਾ ਨੁਕਸਾਨ ਉਹਨਾਂ ਨੂੰ ਦੇਖਣਾ ਪੈਂਦਾ ਹੁਣ ਰਹੀ ਗੱਲ ਫਾਈਲ ਪ੍ਰੈਪਰੇਸ਼ਨ ਦਾ ਕਸੂਰ ਹੈ ਜਾਂ ਕਿਸਮਤ ਦਾ ਕਸੂਰ ਹੈ ਫਾਈਲ ਤਾਂ ਤੁਸੀਂ ਦੱਸੋ ਏਜੰਟ ਤਾਂ ਅੱਜ ਕੱਲੇ ਇਹ ਕਰਦੇ ਨੇ ਕਿ ਬੱਚੇ ਦੀ ਈਮੇਲ ਆਈਡੀ ਤੱਕ ਨਹੀਂ ਉਹਨੂੰ ਦੱਸਦੇ ਮੋਬਾਈਲ ਨੰਬਰ ਆਪਣੇ ਪਾ ਦਿੰਦੇ ਆ ਬੱਚੇ ਨੂੰ ਕੋਈ ਨੋਟੀਫਿਕੇਸ਼ਨ ਹੀ ਨਹੀਂ ਆਉਂਦੀ ਤਾਂ ਬੱਚੇ ਨੂੰ ਪਤਾ ਕੀ ਲੱਗਣਾ ਮੇਰੀ ਫਾਈਲ ਚੱਲ ਕਿੱ데 ਤੇ ਅਸੀਂ ਇਹੋ ਜਿਹਾ ਕੁਝ ਨਹੀਂ ਕਰਦੇ ਤੁਹਾਡੇ ਵੱਲੋਂ ਦਿੱਤਾ ਜਾਂਦਾ ਹੈ ਬੱਚੇ ਨੂੰ ਸਾਰਾ ਬਿਲਕੁਲ ਦਿੱਤਾ ਜਾਂਦਾ ਹੈ ਅਸੀਂ ਬੱਚੇ ਦਾ ਮੋਬਾਈਲ ਨੰਬਰ ਪਾਉਂਦੇ ਹਾਂ ਤਾਂ ਜੋ ਯੂਨੀਵਰਸਿਟੀ ਕਾਲਜ ਬੱਚੇ ਨੂੰ ਅਪਰੋਚ ਕਰਨੀ ਚਾਹੇ ਮੇਲ ਕਰਨੀ ਚਾਹੇ ਤਾਂ ਬੱਚੇ ਦਾ ਈਮੇਲ ਆਈਡੀ ਸਾਡੇ ਅਕਸਰ ਬੱਚਿਆਂ ਨੂੰ ਕਾਲਸ ਯੂਨੀਵਰਸਿਟੀ ਵੱਲ ਆਉਂਦੀਆਂ ਨੇ ਤਾਂ ਸਾਨੂੰ ਉਹ ਦੱਸਦੇ ਆ ਵੀ ਸਾਨੂੰ ਯੂਨੀਵਰਸਿਟੀ ਤੋਂ ਕਾਲਜਸ ਤੋਂ ਮੇਲ ਆਈ ਹੈ ਯੂਕੇ ਦੇ ਵਿੱਚ ਲੋਕੀ ਬਹੁਤ ਗੜਬੜ ਕਰਦੇ ਆ ਅੱਜ ਯੂਕੇ ਦੀਆਂ ਫੀਸਾਂ ਬਹੁਤ ਜ਼ਿਆਦਾ ਨੇ 15-15000 ਜਾਂ 12-12 13-13000 17 17000 ਪਾਉਂਡ ਫੀਸ ਪੇ ਕਰਦੇ ਆ ਬੱਚੇ ਹਮ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੀ ਫਾਈਲ ਸਟੈਂਡ ਕਿੱਥੇ ਕਰਦੀ ਹੈ ਸਾਡਾ ਸਟੇਟਸ ਕੀ ਆ ਫਾਈਲ ਦਾ ਨਾ ਉਹਨਾਂ ਕੋਲ ਈਮੇਲ ਆਈਡੀ ਹੈ ਨਾ ਉਹਨਾਂ ਕੋਲ ਮੋਬਾਈਲ ਨੰਬਰ ਹੈ ਤੇ ਸਾਡੇ ਵੱਲੋਂ ਐਦਾਂ ਦਾ ਕੁਝ ਨਹੀਂ ਕੀਤਾ ਜਾਂਦਾ ਸੀ ਕਿ ਇਹਨਾਂ ਨੂੰ ਵੀ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਰਹੀਆਂ ਆ ਸੀਸੀ ਅਸੀਂ ਉਹਦੇ ਚ ਜਰੂਰ ਆਪਣੇ ਈਮੇਲਸ ਰੱਖਿਆ ਹੁੰਦੀਆਂ ਨੇ ਸਾਨੂੰ ਵੀ ਨਾਲ ਆਉਂਦੀਆਂ ਰਹਿੰਦੀਆਂ ਨੇ ਬਟ ਬੱਚਿਆਂ ਨੂੰ ਪੂਰਾ ਅਵੇਅਰ ਕਰਕੇ ਰੱਖਦੇ ਆ ਉਹਨਾਂ ਦੇ ਫਾਈਲ ਦੇ ਅਕੋਰਡਿੰਗ ਉਹਨਾਂ ਨੂੰ ਫਾਈਲ ਦੇ ਵਿੱਚ ਅਸਲ ਚ ਕੀ ਹੈ ਅਜ ਹਮਦਰ ਲਈ ਏਜੰਟ ਨਹੀਂ ਲਾ ਸਕੀ ਜੀ ਵੈਸੇ ਤਾਂ ਬਹੁਤ ਸਾਰੇ ਏਜੰਟ ਹੋ ਚੁੱਕੇ ਜਿਹਦਾ ਕਹਿੰਦੇ ਨਾ ਕਲਾਕਾਰ ਬਹੁਤ ਹੋ ਗਿਆ ਤਾਂ ਏਜੰਟ ਵੀ ਬਹੁਤ ਹੋ ਗਿਆ ਜਿਹੜੇ ਕਹਿੰਦੇ ਕਿ ਅਸੀਂ ਬਾਹਰ ਭੇਜਾਂਗੇ ਤਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਨ ਦੇਖੋ ਇੱਕ ਤਾਂ ਸਾਡਾ ਪੁਰਾਣਾ ਤਜਰਬਾ 16 ਸਾਲ ਹੋ ਗਿਆ ਸਾਨੂੰ ਇਸ ਲਾਈਨ ਦੇ ਵਿੱਚ ਮੈਨੂੰ ਖੁਦ ਨੂੰ ਇਸ ਲਾਈਨ ਦੇ ਵਿੱਚ 16 ਸਾਲ ਹੋ ਗਿਆ ਮੈਂ ਸੰਗਰੂਰ ਤੋਂ ਇੱਕ ਛੋਟਾ ਇੱਕ ਆਫਿਸ ਕਰਾਇਆ ਸੀਗਾ ਅੱਜ ਪੰਜਾਬ ਦੇ ਵਿੱਚ 6 ਆਫਿਸ ਨੇ ਮੇਰੇ ਉਹ ਵੀ ਵਧੀਆ ਵੱਡੇ ਸ਼ਹਿਰਾਂ ਚ ਤੇ ਜੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿਹਾ ਥਿਆ ਫਾਈਲ ਦੀ ਪ੍ਰੈਪਰੇਸ਼ਨ 16 ਸਾਲ ਦੇ ਤਜਰਬੇ ਦੇ ਵਿੱਚ ਅਸੀਂ ਜੋ ਦੇਖਿਆ ਕਿਸ-ਕਿਸ ਜਗ੍ਹਾ ਤੇ ਬੱਚਾ ਦੀ ਅਗਰ ਵੀਕ ਪ੍ਰੋਫਾਈਲ ਆ ਬੱਚੇ ਦੀ ਤਾਂ ਉਹਨੂੰ ਕਿਦਾਂ ਸਟਰੋਂਗ ਕਰਨਾ ਪਹਿਲੀ ਗੱਲ ਦੂਸਰੀ ਗੱਲ ਹੁਣ ਬੱਚੇ ਕਹਿ ਲੋ ਜਾਂ ਬੱਚਿਆਂ ਦੇ ਪੇਰੈਂਟਸ ਕਹਿ ਲੋ ਜਾਂ ਇੱਕ ਮਿਸ ਗਾਈਡ ਕਰਨ ਵਾਸਤੇ ਆਫਟਰ ਕੋਵਿਡ ਖਾਸ ਕਰਕੇ ਮੈਂ ਗੱਲ ਕਰਾਂ ਜਿੰਨੇ ਵੀ ਇੱਥੇ EMPLOYEES ਸੀਗੇ ਟ੍ਰਾਈ ਸਿਟੀ ਦੀ ਗੱਲ ਕਰਾਂ ਤਾਂ ਉਹ ਸਾਰੇ ਆਪਣੇ ਆਪਣੇ ਘਰੇ ਜਾਣਾ ਪਿਆ ਗਿਆ ਸਭ ਨੂੰ ਤਾਂ ਉੱਥੇ ਜਿਹੜੇ ਛੋਟੇ ਏਜੰਟ ਸੀਗੇ ਉਹਨਾਂ ਨੂੰ ਇਮਪਲਾਈ ਮਿਲ ਗਿਆ ਤਾਂ ਬੱਚਿਆਂ ਦੀ ਮਜਬੂਰੀ ਹੋ ਗਈ ਟਰੈਵਲਿੰਗ ਬੰਦ ਸੀ ਬੈਂਸ ਸੀ ਬੱਸੇ ਬੈਂਸ ਸੀ ਤੇ ਉਹ ਉੱਥੇ ਆਪਣੀਆਂ ਫਾਈਲਾਂ ਲਾਉਣ ਲੱਗ ਗਏ ਉੱਥੇ ਬੱਚੇ ਬੜੇ ਮਿਸਗਾਈਡ ਹੋ ਗਏ ਹਮ ਲੋਕਲ ਏਜੰਟ ਜਿਹੜੇ ਹੈਗੇ ਆ ਉਹ ਨਹੀਂ ਦੇਖਦੇ ਕਿ ਬੱਚੇ ਦੀ ਫਾਈਲ ਕੀ ਹੈ ਤੇ ਅਸੀਂ ਕਰਨਾ ਕੀ ਹੈ ਉਹ ਜਸਤੀ ਕੋਰ ਲੈਟਰ ਮੰਗਵਾਉਂਦੇ ਆ ਉਹ ਇਹ ਨਹੀਂ ਦੇਖਦੇ ਇਹ ਕਾਲਜ ਇਸ ਬੱਚੇ ਲਈ ਸੂਟੇਬਲ ਹੈ ਜਾਂ ਨਹੀਂ ਸੂਟੇਬਲ 6 ਬੈਂਡ ਵਾਲਾ 7 ਬੈਂਡ ਵਾਲਾ 6.5 ਬੈਂਡ ਵਾਲੀ ਵਧੀਆ ਪ੍ਰੋਫਾਈਲ ਹੁੰਦੀ ਆ ਰੀਸੈਂਟ ਪਾਸ ਆਊਟ ਹੁੰਦਾ ਚਾਕੇ ਪ੍ਰਾਈਵੇਟ ਕਾਲਜਾਂ ਚ ਪਾ ਦਿੰਦੇ ਆ ਉੱਥੇ ਬੱਚੇ ਦਾ ਨੁਕਸਾਨ ਹੋ ਜਾਂਦਾ ਫਿਰ ਸਭ ਤੋਂ ਠੱਗੀ ਦਾ ਜਿਹੜਾ ਵੱਡਾ ਕਾਰਨ ਹੈ ਪ੍ਰਾਈਵੇਟ ਕਾਲਜਾਂ ਦੇ ਵਿੱਚ ਫੀਸ ਜਾਂਦੀ ਆ ਬਾਅਦ ਚ ਤੇ ਉਹਨਾਂ ਨੇ ਚਾਕੇ ਪੇਰੈਂਟਸ ਤੋਂ ਪਹਿਲਾਂ ਲੈ ਲੈਂਦੇ ਆ ਫਿਰ ਮੈਂ ਪੇਰੈਂਟਸ ਨੂੰ ਵੀ ਇਹ ਗੱਲ ਕਹਾਂਗਾ ਵੀ ਤੁਸੀਂ ਉਹ ਫੀਸ ਜਿਹੜੀ ਹੈਗਾ ਉਹਨਾਂ ਦੇ ਖਾਤਿਆਂ ਚ ਕਿਉਂ ਪਾਉਂਦੇ ਆ ਤੁਸੀਂ ਆਪਣੇ ਅਕਾਊਂਟ ਤੋਂ ਕਿਉਂ ਨਹੀਂ ਸਿੱਧਾ ਟਰਾਂਸਫਰ ਕਰਦੇ? ਉੱਥੇ ਠੱਗੀ ਦਾ ਸ਼ਿਕਾਰ ਹੁੰਦੇ ਨੇ। ਅਸੀਂ ਇਹ ਚੀਜ਼ਾਂ ਨਹੀਂ ਕਰਦੇ। ਇਸ ਕਰਕੇ ਅਸੀਂ ਕਹਿੰਨੇ ਕਿ ਸਾਡੇ ਤੇ ਤੁਸੀਂ ਟਰਸਟ ਕਰ ਸਕਦੇ। ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਤੁਸੀਂ ਸਟੂਡੈਂਟਸ ਨੂੰ ਭੇਜਦੇ ਹੋ। ਬਿਲਕੁਲ। ਔਰ ਐਦਾਂ ਵੀ ਹੁੰਦਾ ਹੈ ਕਿ ਕਈ ਵਾਰ ਬੱਚੇ ਆਉਂਦੇ ਨੇ ਤੁਹਾਨੂੰ ਸਾਰਾ ਕੁਝ ਦੱਸਦੇ ਨੇ। ਤਾਂ ਸਭ ਕੁਝ ਸੈੱਟ ਹੁੰਦਾ ਹੈ। ਸਾਰਾ ਕੁਝ 에ਜੰਟ ਆਪਣੇ ਵੱਲੋਂ ਬੈਸਟ ਕਰਦਾ ਹੈ। ਬੱਚੇ ਆਪਣੇ ਵੱਲੋਂ ਪੂਰਾ ਐਫੀਡ ਕਰਦੇ ਨੇ ਕਿ ਅਸੀਂ ਬੈਂਡ ਵੀ ਲੈ ਲਏ ਸਾਡੀ ਕੋਈ ਪ੍ਰੋਫਾਈਲ ਦੇ ਵਿੱਚ ਕੋਈ ਘਾਟ ਨਹੀਂ ਹੈਗੀ। ਪਰ ਫਿਰ ਵੀ ਰਿਫਿਊਜ਼ ਲੰਦੀ ਹੈ। ਦੇਖੋ ਕੈਨੇਡਾ ਦੇ ਵਿੱਚ ਜ਼ਿਆਦਾਤਰ ਨਾ 2 ਪੁਆਇੰਟ ਹੈਗੇ ਨੇ ਰਿਫਿਊਜ਼ਲ ਦੇ ਜਿਹੜੇ ਆਉਂਦੇ ਆ ਇੱਕ ਤਾਂ ਉਹ ਹੀ ਕਹਿੰਦੇ ਕਿ ਤੁਸੀਂ ਮੋਨੋਫਾਈਡ ਸਟੂਡੈਂਟ ਨਹੀਂ ਹੈਗੇ ਠੀਕ ਹੈ ਇੱਕ ਉਹ ਜ਼ਿਆਦਾਤਰ ਇਹ ਗੱਲ ਕਹਿੰਦੇ ਕਿ ਤੁਸੀਂ ਆਫਟਰ ਸਟੱਡੀ ਵਾਪਸ ਨਹੀਂ ਆਉਣਾ ਇੱਕ ਸਹੀ ਪ੍ਰੋਫਾਈਲ ਦੇ ਵਿੱਚ ਵੀ ਕਈ ਵਾਰੀ ਇਹ ਰਿਫਿਊਜ਼ਲ ਆ ਜਾਂਦੀ ਆ ਬਟ ਉਹਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੈਨੇਡਾ ਦੀ ਰਿਫਿਊਜ਼ਲ ਕੋਈ ਰਿਫਿਊਜ਼ਲ ਨਹੀਂ ਹੈ ਤੁਸੀਂ ਰੀਫਾਈਲ ਕਰੋ ਉਹਨੂੰ ਸਹੀ ਤਰੀਕੇ ਨਾਲ ਉਹਨਾਂ ਨੇ ਜੋ ਤੁਹਾਡੇ ਰਿਫਿਊਜ਼ਲ ਲੈਟਰ ਦੇ ਵਿੱਚ ਦੱਸਿਆ ਉਹਨਾਂ ਨੂੰ ਜੋ ਡਾਊਟ ਹੈ ਉਹਨਾਂ ਦੇ ਐਸਓਪੀ ਦੇ ਰਾਈ ਆਪਣਾ ਡਾਊਟ ਕਲੀਅਰ ਕਰੋ ਰੀਫਾਈਲ ਕਰੋ ਅਸੀਂ ਵੀ ਹੁਣ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਰੀਫਾਈਲ ਕਰੋ ਸਾਡੇ ਕੋਲ ਕਰੋ ਅਸੀਂ ਐਮਬੈਸੀ ਫੀਸ ਵੀ ਲੈ ਰਹੇ ਥੋੜੇ ਤੋਂ ਜਿੰਨੇ ਵੀ ਚਾਹੇ ਤੁਹਾਡੀ ਇੱਕ ਵਾਰ ਰਿਫਿਊਜ਼ਲ ਹੈ ਦੋ ਵਾਰ ਹੈ ਚਾਰ ਵਾਰ ਪੰਜ ਵਾਰ 10 ਵਾਰ ਤੁਸੀਂ ਇੱਕ ਵਾਰੀ ਸਾਡੇ ਕੋਲ ਆਓ ਡਿਸਕਸ ਕਰੋ ਆਪਣਾ ਪ੍ਰੋਫਾਈਲ ਸਾਰਾ ਲੈ ਕੇ ਆਓ ਜਿੰਨੀ ਵੀ ਤੁਹਾਡੀ ਪਿਛਲੀ ਪ੍ਰੋਫਾਈਲ ਹੈ ਜੋ ਵੀ ਉੱਥੋਂ ਸਾਨੂੰ ਸੱਚ-ਸੱਚ ਦੱਸੋ ਹੈਨਾ ਕੁਝ ਵੀ ਲੁਕਾਓ ਨਾ ਸਾਡੇ ਕੋਲ ਤਾਂ ਜ਼ਰੂਰ ਵੀ ਜਾਊਗਾ अच्छा 10 बार किस तरह रिफ्यूजल आया होवे ता ओदा वीजा ਵੀ ਤੁਸੀਂ ਲੈ ਕੇ ਦਿਨੇ ਹੋ ਚਲੋ 10 ਵਾਰ ਕਹਿ 사ਦੇ ਆਪਾਂ ਤਾਂ ਨਾਰਮਲੀ ਜਿਹੜੀ ਗੱਲ ਹੈ 5-7 ਵਾਰ ਤਾਂ ਨਾਰਮਲ ਰੂਟੀਨ ਸਾਡੇ ਕੋਲ ਆਉਂਦੀਆਂ ਨੇ ਫਾਈਲਾਂ ਹਾਂ 7-7 ਵਾਰ ਜਨਾਂ ਦੇ ਰਿਫਿਊਜ਼ਲ ਹੋਇਆ ਬਿਲਕੁਲ ਜੀ ਬਿਲਕੁਲ 7 ਬੈਂਡ ਵਾਲਾ ਬੱਚਾ ਮੇਰੇ ਕੋਲ ਪਿਛਲੇ ਮਹੀਨੇ ਇੱਕ ਮਤਲਬ ਉਹਦਾ ਵੀਜ਼ਾ ਗ੍ਰਾਂਟ ਹੋਇਆ ਬੱਚਾ ਪਹਿਲਾਂ 7 ਵਾਰ 8ਵੀਂ ਵਾਰ ਰਿਫਿਊਜ਼ਲ ਆਇਆ ਹੋਗਾ ਇਸ ਤਾਨੀਆ ਪ੍ਰੋਫਾਈਲਸ ਨੇ ਜੀ ਹਰਿਆਣੇ ਤੋਂ ਏਜੰਟ ਸਾਡੇ ਕੋਲ ਫਾਈਲਾਂ ਲੈ ਕੇ ਆਉਂਦੇ ਆ ਉਹ ਨਾ ਉਹ ਯੂਐਸ ਐਂਡ ਇਹ ਫਾਈਲਾਂ ਆ ਕੇ ਉਹ ਵੀ ਵੀ ਫਾਈਲਾਂ ਇਕੱਠੀਆਂ ਚੱਕ ਕੇ ਲੈਂਦਾ ਉਹ ਮੈਂ ਕਹਿੰਦਾ ਮੈਨੂੰ 2 ਫਾਈਲਾਂ ਨਹੀਂ ਚਾਹੀਦੀਆਂ ਮੈਨੂੰ ਇਹ ਚੋਂ ਦੋ ਫਾਈਲਾਂ ਦੇ ਦੇ ਕਿਉਂ ਬੱਚਾ ਨੁਕਸਾਨ ਕਰਦਾ ਉਹ ਕਹਿੰਦੇ ਨਹੀਂ ਜੀ ਹਮਨੇ ਤਾਂ ਉਠਾ ਲਈਏ ਮੈਨੇ ਯਾਰ ਐਦਾਂ ਨਾ ਕਰੋ ਗਲਤ ਗੱਲ ਹੈ ਕਿ ਲੋਕਲ ਏਜੰਟ ਇਹ ਪ੍ਰੋਬਲਮ ਕ੍ਰੀਏ ਕਰਦਾ ਕਦੇ ਐਦਾਂ ਵੀ ਹੁੰਦਾ ਜਿਹੜਾ ਬੱਚਾ ਤੁਹਾਡੇ ਕੋਲ ਆਇਆ ਹੋਵੇ ਤਾਂ ਲੱਗਾ ਕਿ ਨਹੀਂ ਇਹਦੇ ਰਿਫਿਊਜ਼ਲ ਆਣ ਦੇ ਚਾਂਸ ਹੈਗੇ ਆ ਜਾਂ ਕੋਈ ਘਾਟ ਹੈਗੀ ਆ ਪ੍ਰੋਫਾਈਲ ਦੇ ਵਿੱਚ ਅਸੀਂ ਨਹੀਂ ਲਗਾ ਸਕਦੇ ਬੱਚੇ ਨੂੰ ਮੋੜਿਆ ਵੀ ਕਦੇ ਕਿ ਆਪ ਫਿਰ ਤੁਸੀਂ ਐਦਾਂ ਹੁੰਦਾ ਕਿ ਅਸੀਂ ਨਾ ਪੂਰਾ ਦਾਵਾ ਹੀ ਠੋਕਣਾ ਹੁੰਦਾ ਨਹੀਂ ਨਹੀਂ ਦੇ ਨਹੀਂ ਸੋਤੇ ਬਲ ਅਸੀਂ ਬੱਚਾ ਦਾ ਨੁਕਸਾਨ ਨਹੀਂ ਕਰਦੇ ਅਸੀਂ ਹੁਣ ਕਹਿੰਦੇ ਕਿ ਅਗਰ ਤੂੰ ਫਿਰ ਵੀ ਜਾਣਾ ਚਾਹੁੰਦਾ ਜਾਂ ਤਾਂ ਕੰਟਰੀ ਚੇਂਜ ਕਰ ਲੈ ਜਾਂ ਆਪਣੀ ਪ੍ਰੋਫਾਈਲ ਸਟਰੋਂਗ ਕਰ ਲੈ ਆਲਸ ਘਟਾ ਤੇਰੇ ਤਾਂ ਆਲਸ ਦੁਬਾਰਾ ਕਰ ਮਿਹਨਤ ਕਰ ਜੇ ਤੇਰੇ ਪਰਸੈਂਟੇਜ ਘਟਾ ਹੈ ਤਾਂ ਦੁਬਾਰਾ ਪਲਸ 2 ਕਰ ਬੋਰਡ ਚੇਂਜ ਕਰ ਲੈ ਸੀਬੀਐਸਸੀ ਚ ਨਹੀਂ ਆਏ ਸਟੇਟ ਬੋਰਡ ਚ ਲੈ ਲੈ ਹੈਨਾ ਆਈਸੀਐਸ ਚ ਨਹੀਂ ਆਏ ਤਾਂ ਸੀਬੀਐਸਸੀ ਚੋ ਲੈ ਇਕ ਸਾਲ ਪਲਸ 2 ਦੁਬਾਰਾ ਕਰਨ ਨਾਲ ਕੋਈ ਉਹਦਾ ਗੈਪ ਨਹੀਂ ਵੱਜ ਜਾਂਦਾ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਗਲਤ ਪਾਈ ਜਾਂਦੀ ਹੈ ਵੀ ਇਹ ਤੂੰ ਪਲਸ 2 ਦੁਬਾਰਾ ਕਰ ਲਈ ਤਤਰ ਗੈਪ ਬਣ ਜੂਗਾ ਇੱਕ ਸਾਲ ਦਾ ਨਹੀਂ ਐਤਾ ਕੁਛ ਨਹੀਂ ਹੁੰਦਾ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਠੀਕ ਹੈ ਮੈਂ ਆ ਮੇਰਾ ਸਕੋਰ ਸੀ ਲਾਸਟ ইয়ার ਤਾਂ ਮੈਂ ਉਹਨੂੰ ਇੰਪਰੂਵ ਕੀਤਾ ਸੋ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਅਕਸਰ ਸੀ ਬੱਚੇ ਵੜਦੇ ਆ ਕਿ ਕਿਸੇ ਦੇ 5.5 ਬੈਂਡ ਕਿਸੇ ਦੇ 6 ਕਿਸੇ ਦੇ 6 ਬੈਂਡ ਹੁੰਦੇ ਨੇ ਤਾਂ ਆਸਟ੍ਰੇਲੀਆ ਕੀ ਕਹਿੰਦਾ ਕਿਸ ਜਿਹੜੇ ਪ੍ਰੋਪਰ ਫਿਕਸ ਬੈਂਡ ਕਿੰਨੇ ਹੋਣੇ ਚਾਹੀਦੇ ਕਿ ਬੱਚੇ ਦਾ ਵੀਜ਼ਾ ਜ਼ਰੂਰ ਆਵੇ ਦੇਖੋ ਮਨਦੀਪ ਇੱਥੇ ਦੋ ਗੱਲਾਂ ਨੇ ਜੇ ਅਸੀਂ ਗੱਲ ਕਰੀਏ ਰੀਸੈਂਟ ਪਾਸ ਆਊਟ ਦੀ ਆਣਾ ਬੱਚੇ ਦੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ 5.5 ਬੈਂਡ ਨਾਲ ਜਿਵੇਂ 20 ਪਾਸ ਆਊਟ 21 ਪਾਸ ਆਊਟ ਦੀ ਗੱਲ ਕਰਾਂ ਤਾਂ 5.5 ਬੈਂਡ ਨਾਲ ਮੈਂ ਫਾਈਲਾਂ ਲੈ ਰਿਹਾ ਉਹ ਵੀ ਮੈਂ ਪੈਕੇਜ ਦੇ ਵਿੱਚ ਲੈ ਰਿਹਾ ਹੈਨਾ ਜਿਹਦੇ ਵਿੱਚ ਮੈਂ ਕਹ ਰਿਹਾ ਅੰਬੈਸੀ ਫੀਸ ਵੀ ਅਸੀਂ ਪੇ ਕਰਾਂਗੇ ਤੁਸੀਂ ਨਹੀਂ ਪੇ ਕਰਨੀ ਬੱਚੇ ਨੂੰ ਨਹੀਂ ਕਹਿੰਦਾ ਤੁਸੀਂ ਸਾਨੂੰ ਬਾਅਦ ਚ ਪੈਸੇ ਦਿਓ ਔਰ ਜੇ ਗੱਲ ਕਰੀਏ 6 ਬੈਂਡ 6.5 ਹਾਂ ਅਗਰ ਉਹਨਾਂ ਦੇ ਸਾਲ 2 ਸਾਲ ਹੋਰ ਪੁਰਾਣੇ ਆ ਤਾਂ ਅਸੀਂ 6 6.5 ਬੈਂਡ ਵਾਲੀ ਪ੍ਰੋਫਾਈਲ ਲੈਣੇ ਆ ਰੀਸੈਂਟ ਪਾਸ ਆਊਟ ਅਸੀਂ ਮੰਨਦਾ 1 ਸਾਲ ਜਾਂ 2 ਸਾਲ ਜਿਵੇਂ ਹੁਣ 21 ਹੋ ਗਿਆ 20 ਹੋ ਗਿਆ ਅਸੀਂ ਉਹਨੂੰ ਰੀਸੈਂਟ ਪਾਸਵਰਡ ਮੰਨਦੇ ਆ ਉਸ ਤੋਂ ਪੁਰਾਣੇ ਵਿੱਚ ਜਿਹੜੇ ਹੈਗੇ ਆ ਉਥੇ ਫਿਰ ਫਾਈਲ ਦਾ ਡਿਜ਼ਾਈਨ ਕੀ ਕਰਨਾ ਉਹਦੀ ਐਸਓਪੀ ਕਿੱਦਾਂ ਹੋਣੀ ਚਾਹੀਦੀ ਉਹਦੀ ਜੀਟੀ ਕਿੱਦਾਂ ਕਲੀਅਰ ਹੋਊਗੀ ਇਹ ਚੀਜ਼ ਤੇ ਰਿਪੈਂਡ ਕਰ ਕਹਿ ਸਕਦੇ ਕਿ ਤੁਸੀਂ ਮਾਹਿਰ ਹੋ ਕਿ 5.5 ਵਿੱਚ ਵੀ ਵੀਜ਼ਾ ਲੈ ਕੇ ਦੋਗੇ ਬਿਲਕੁਲ ਅਸੀਂ ਦਾਅਵਾ ਕਰਦੇ ਆ ਅਸੀਂ ਦਾ ਸਾਡੇ 5:30 ਜਿੰਨੇ ਆਉਣਾ ਸੁਣ ਲੋ ਧਿਆਨ ਨਾਲ ਕੀ ਕਹਿੰਦੇ 5:30 ਅਸੀਂ ਵੀਜ਼ਾ ਲੈ ਕੇ ਦੇਣਾ ਆ ਤੇ ਜ਼ਰੂਰ ਆ ਕੇ ਅਜਮਾ ਕੇ ਦੇਖਿਓ ਭਾਵੇਂ ਇਹਨਾਂ ਦੇ ਇਸ ਦਾਅਵੇ ਨੂੰ ਵਾਕਈ ਪੂਰਾ ਵਾਦਾ ਕਰਕੇ ਜਾਂਦੇ ਕਿ ਦਾਵਾ ਹੀ ਫੋਕਾ ਨਿਕਲਦਾ ਤਾਂ ਜ਼ਰੂਰ ਇੱਕ ਵਾਰ ਤੁਸੀਂ ਆਇਓ ਬੱਚੇ ਦਾ ਕੋਈ ਪੈਸਾ ਨਹੀਂ ਲੱਗਣ ਦਾਂਗੇ ਅਸੀਂ ਸਾਰੇ ਪੈਸੇ ਬੱਚੇ ਤੋਂ ਬਾਤ ਚ ਲਵਾਂਗੇ ਸਿਰਫ ਡਾਕੂਮੈਂਟਸ ਲਵਾਂਗੇ ਅਸੀਂ ਬੱਚੇ ਤੋਂ ਇਵੇਂ ਕਿਆ ਜਾਂਦਾ ਕਿ ਅਸੀਂ ਬੀਨਾਇਲਸ ਤੋਂ ਵੀ ਤੁਹਾਨੂੰ ਭੇਜ ਸਕਦੇ ਹਾਂ ਕਿ ਤੁਹਾਡੇ ਵੱਲੋਂ ਵੀ ਕੀ ਦਰ ਹੈ ਨਹੀਂ ਬੀਨਾ ਆਲਸੋ ਵੱਲੋਂ ਅਸੀਂ ਆਸਟ੍ਰੇਲੀਆ ਕੈਨੇਡਾ ਨਹੀਂ ਭੇਜ ਸਕਦੇ ਬੀਨਾ ਆਲਸੋ ਸੀ ਯੂਕੇ ਭੇਜਾਦੇ ਹਾਂ ਹਮ ਯੂਕੇ ਜਾਣ ਵਾਲੇ ਬੱਚੇ ਆ ਜਿਹੜੇ ਅੱਜ ਦੇ ਟਾਈਮ 'ਚ ਬੜੀ ਪ੍ਰੋਬਲਮ ਆ ਰਹੀ ਹੈ ਬੱਚਾ ਨੂੰ ਇੰਟਰਵਿਊ ਫੇਸ ਕਰਨੀ ਚਾਹੇ ਉਹ ਕਾਲਜ ਯੂਨੀਵਰਸਿਟੀ ਦੀ ਹੈ ਯੂਕੇ 'ਚ ਜ਼ਿਆਤਰ ਯੂਨੀਵਰਸਿਟੀ ਦੀ ਹੈ ਤੇ ਚਾਹੇ ਉਹ ਅੰਬੈਸੀ ਦੀ ਹੈ ਇੰਟਰਵਿਊ ਤਾਂ ਬੜਾ ਚੱਲਦੇ ਆ ਅੰਬੈਸੀ ਦੀ ਇੰਟਰਵਿਊ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਉਦੋਂ ਬੱਚੇ ਨੂੰ ਖੁਦ ਦੇਣੀ ਹੀ ਪਈਏ ਹਾਂ ਯੂਨੀਵਰਸਿਟੀ ਦੀ ਇੰਟਰਵਿਊ ਅਸੀਂ ਰੋਕ ਸਕਦੇ ਹਾਂ ਅਗਰ ਉਹਦੇ ਪਰਸੈਂਟੇਜ ਅੱਛੇ ਹੈ ਉਹਨੂੰ ਅਗਰ ਉਹ 2 ਤੋਂ 4 ਸਾਲ ਦੇ ਵਿੱਚ ਦਾ ਗੈਪ ਹੈ ਉਹਦਾ ਤਾਂ ਅਸੀਂ ਉਹਨੂੰ ਵਿਦਾਊਟ ਆਇਲਸ ਵਿਦਾਊਟ ਇੰਟਰਵਿਊ ਯੂਕੇ ਦਾ ਕਾਸ ਲੈ ਕੇ ਦਵਾਂਗੇ ਜਿਸ ਬੱਚੇ ਦਾ ਕਾਸ ਆ ਗਿਆ ਉਹਦਾ ਵੀਜ਼ਾ ਕਨਫਰਮ ਹੈ ਯੂਕੇ ਫਿਰ ਉਹਦਾ ਵੀਜ਼ਾ ਨਹੀਂ ਰੁਕਦਾ ਬਸ਼ਰਤ ਹੈ ਉਹਦਾ ਕੋਈ ਡਾਕੂਮੈਂਟਸ ਫਰਾਡ ਨਾ ਹੋਵੇ ਇੰਟਰਵਿਊ ਕਿਹੜੇ ਕਿਹੜੇ ਦੇਸ਼ ਲਈ ਹੁੰਦੇ ਦੇਖੋ ਇੰਟਰਵਿਊ ਅੰਬੈਸੀ ਦੀ ਗੱਲ ਕਰਾਂ ਤਾਂ ਯੂਐਸਏ ਦੀ ਹਮ ਅਗਰ ਯੂਨੀਵਰਸਿਟੀ ਦੀ ਗੱਲ ਕਰਾਂ ਤਾਂ ਯੂਕੇ ਹਮ ਕੈਨੇਡਾ ਸਟਡੀ ਦਾ ਕੋਈ ਚੱਕਰ ਨਹੀਂ ਆ ਕੈਨੇਡਾ ਦੇ ਵਿੱਚ ਕੋਈ ਇੰਟਰਵਿਊ ਨਹੀਂ ਆ ਰਹੀ ਆਸਟ੍ਰੇਲੀਆ ਦੇ ਵਿੱਚ ਵੀ ਕਿਸੇ ਕਿਸੇ ਯੂਨੀਵਰਸਿਟੀ ਦੇ ਵਿੱਚ ਜੀਟੀ ਕਲੀਅਰ ਕਰਨ ਵਾਸਤੇ ਇੰਟਰਵਿਊ ਹਮ ਔਰ ਅੰਬੈਸੀ ਦੀ ਇੰਟਰਵਿਊ ਤਾਂ ਕਦੀ ਵੀ ਕਿਸੇ ਵੀ ਕੇਸ ਦੇ ਵਿੱਚ ਆ ਸਕਦੀ ਹੈ ਨਾਰਮਲੀ ਕੈਨੇਡਾ ਆਸਟ੍ਰੇਲੀਆਸ ਨਹੀਂ ਆਂਦੀ ਯੂਕੇ ਚ ਵੀ ਨਹੀਂ ਆਂਦੀ ਕੋਈ 100 ਵਿੱਚ ਇੱਕ ਕੇਸ ਹੋਵੇ ਤਾਂ ਗੱਲ ਵੱਖਰੀ ਹਮ ਕੋਵਿਡ ਕਰਕੇ ਬਹੁਤ ਸਾਰੇ ਬੱਚੇ ਤਾਂ ਸਟਕ ਵੀ ਹੋ ਗਏ ਨੇ ਕਿਉਂਕਿ ਕਈਆਂ ਦੀ ਫਾਈਲਸ ਲੱਗੀਆਂ ਸੀ ਉਹਨਾਂ ਦੇ ਵੀਜ਼ੇ ਨਹੀਂ ਆ ਰਹੇ ਔਰ ਕਈਆਂ ਨੇ ਹਾਲੇ ਲਗਾਉਣੀ ਐ ਫਾਈਲ ਤਾਂ ਬੱਚੇ ਡਰਦੇ ਨੇ ਅੰਦਰੋਂ ਕਿ ਅਸੀਂ ਹੁਣ ਜੇ ਜਾਣਾ ਵੀ ਆ ਤਾਂ ਇਹ ਨਾ ਹੋਵੇ ਸੇ ਗਲਤ ਏਜੰਟ ਦੇ ਹੱਥੇ ਚੜ ਜਾਈਏ ਤੁਹਾਡੇ ਕੋਲ ਆਣ ਜੇ ਤੁਸੀਂ ਦਾਵਾ ਕਰਦੇ ਹੋ ਕਿ ਅਸੀਂ ਵੀਜ਼ਾ ਵੀ ਲੈ ਕੇ ਦਵਾਂਗੇ ਅਸੀਂ ਬੈਸੀ ਫੀਸ ਵੀ ਦਵਾਂਗੇ ਤੁਹਾਡੀ ਫੀਸ ਵੀ ਸਾਰੀ ਦਵਾਂਗੇ ਇਹੋ ਜਿਹਾ ਕਿਉਂ ਤੁਸੀਂ ਕਰਦੇ ਹੋ ਕਿ ਅਸੀਂ ਸਭ ਕੁਝ ਪਹਿਲਾਂ ਕਰਾਂਗੇ ਉਸ ਤੋਂ ਬਾਅਦ ਤੁਸੀਂ ਸਾਡੇ ਤੋਂ ਤੁਹਾਨੂੰ ਤੁਸੀਂ ਬੱਚ ਫੀਸ ਦਿਓ ਦੇਖੋ ਇੱਕ ਤਾਂ ਬੱਚੇ ਪਹਿਲਾਂ ਰਿਫਿਊਜ਼ ਹੋ ਚੁੱਕੇ ਆ ਰਿਫ ਇੱਕ ਵਾਰੀ ਜਦੋਂ ਬੱਚਾ ਰਿਫਿਊਜ਼ ਹੁੰਦਾ ਅਗਰ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਉਹ ਨਾ ਨਾ ਕਰਦੇ 2.2 ਲੱਖ ਦੇ ਥੱਲੇ ਆ ਜਾਂਦਾ ਹੂੰ 2.2 ਲੱਖ ਰੁਪਏ ਦਾ ਆਪਣਾ ਨੁਕਸਾਨ ਕਰਵਾ ਬੈਠਦਾ ਅਗਰ ਕੈਨੇਡਾ ਦੀ ਗੱਲ ਕਰਾਂ ਤਾਂ ਉਹ ਤਕਰੀਬਨ ਲੱਖ ਰੁਪਏ ਦਾ ਆਪਣਾ ਨੁਕਸਾਨ ਕਰਵਾ ਹੁੰਦਾ ਕਿਸੇ ਕਿਸੇ ਵਾਰੀ ਤਾਂ ਜ਼ਿਆਦਾ ਵੀ ਹੋ ਜਾਂਦਾ ਹੂੰ ਹੁਣ ਅਸੀਂ ਕਹਿੰਨੇ ਕਿ ਤੁਹਾਡਾ ਇਹ ਨੁਕਸਾਨ ਆ ਜਿਹੜਾ ਅਸੀਂ ਮੀਅਰ ਕਰਨ ਤਿਆਰ ਆ ਅਸੀਂ ਚੱਲਾਂਗੇ ਤੁਹਾਡਾ ਨੁਕਸਾਨ ਹੂੰ ਤੁਸੀਂ ਕੋਈ ਵੀ ਪੈਸਾ ਨਾ ਲਗਾਓ ਸਾਰਾ ਪੈਸਾ ਅਸੀਂ ਲਗਾਵਾਂਗੇ ਹੂੰ ਤੇ ਅਸੀਂ ਇੱਕ ਕਾਰਨ ਇਹ ਦੂਸਰਾ ਗੱਲ ਨੇ ਵੀ ਜਿਆਦਾਤਰ ਇਹ ਕੋਵਿਡ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕੋਵਿਡ ਵਾਲੇ ਗੱਲ ਦੇ ਵਿੱਚ ਬੱਚਿਆਂ ਦੀ ਫਾਈਲਜ਼ ਵੀ ਖਰਾਬ ਹੋਈਆਂ ਕੁਝ ਚਾਹੀਏ ਕੁਝ ਏਜੰਸੀ ਗਲਤੀਆਂ ਨਾਲ ਜਾਂ ਕੁਝ ਸਰਕਾਰਾਂ ਦੀਆਂ ਗਲਤੀਆਂ ਨਾਲ ਬੱਚੇ ਵਿਚਾਰੇ ਬੜੇ ਪਰੇਸ਼ਾਨ ਹੋਏ 2 ਸਾਲ ਤੇ ਉਹਦੇ ਕਰਕੇ ਬੱਚੇ ਡਰੇ ਵੀ ਬਹੁਤ ਹੋਏ ਪੈਸਾ ਲਾ ਕੇ ਨਹੀਂ ਤਿਆਰ ਉਹ ਕਹਿੰਦੇ ਨਹੀਂ ਤੁਸੀਂ ਸਾਨੂੰ ਵੀਜ਼ਾ ਲੈ ਦਿਓ ਤੁਸੀਂ ਬਾਤ ਚਲੋ ਸਾਡੇ ਤੋਂ ਅਸੀਂ ਕਹਿੰਦੇ ਠੀਕ ਹੈ ਡਨ ਜਿਸ ਪ੍ਰੋਫਾਈਲ ਨੂੰ ਲੈ ਕੇ ਅਸੀਂ ਕੌਨਫੀਡੈਂਟ ਆ ਵੀ ਅਸੀਂ ਇਹਦਾ ਵੀਜ਼ਾ ਕਢਾ ਸਕਦਾ ਹਾਂ ਅਸੀਂ ਉਸ ਫਾਈਲ ਦੇ ਨਾਲ ਕਮਿਟਮੈਂਟ ਕਰਦੇ ਹਾਂ ਇਸ ਤਰ੍ਹਾਂ ਨਹੀਂ ਕਿ ਹਰ ਫਾਈਲ ਨੂੰ ਅਸੀਂ ਕਹਿ ਦਈਏ ਵੀ ਕੋਈ ਵੀ ਸਾਡੇ ਕੋਲੇ ਆ ਗਿਆ ਤੇ ਅਸੀਂ ਕਹਾਂ ਵੀ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਵਾਂਗੇ ਤੇ ਪੈਸੇ ਸਾਰੇ ਬਾਅਦ ਚ ਹਰ ਫਾਈਲ ਉਹਦੇ ਚ ਸਾਡੇ ਕੁਝ ਪੈਰਾਮੀਟਰਸ ਆਏ ਉਹ ਪੈਰਾਮੀਟਰ ਦੇ ਵਿੱਚ ਬੱਚਾ ਸੈੱਟ ਹੋਣਾ ਜ਼ਰੂਰੀ ਹੈ ਹੈਡ ਆਫਿਸ ਮੁਹਾਲੀ ਦੇ ਵਿੱਚ ਹੈ ਮੁਹਾਲੀ ਦੇ ਵਿੱਚ ਬੜੇ ਬਥੇਰੇ ਇਮੀਗ੍ਰੇਸ਼ਨ ਆਫਿਸ ਨੇ ਕੋਈ ਕਹਿੰਦਾ ਕਿ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਵੀਜ਼ਾ 15 ਲੱਖ ਚ ਕੈਨੇਡਾ ਦਾ ਕੋਈ ਕਹਿੰਦਾ 17 ਲੱਖ ਤੇ ਕੋਈ 12 ਲੱਖ ਤੇ ਕੋਈ 20 ਲੱਖ ਵੀ ਲੈਂਦਾ ਆ ਤਾਂ ਐਕਚੁਅਲ ਚ ਫੀਸ ਕਿਹੜੀ ਹੁੰਦੀ ਹੈ ਕਿ ਇੰਨੀ ਫੀਸ ਵਿੱਚ ਬੱਚਾ ਆਰਾਮਦਾਰੀ ਦੇ ਨਾਲ ਬਾਹਰ ਚਲਾ ਜਾਵੇ ਤੇ ਇਹ ਵੱਖਰੀਆਂ ਵੱਖਰੀਆਂ ਫੀਸਾਂ ਸਾਨੂੰ ਸਾਨੂੰ ਕਿਉਂ ਮਿਲਦੀਆਂ ਨੇ ਦੇਖੋ ਅਸੀਂ 15 20 ਲੱਖ ਵਾਲੇ ਤਾਂ ਹੈ ਨਹੀਂਏ ਅਸੀਂ ਤਾਂ ਜੋ ਫੀਸ ਹੈ ਬੱਚੇ ਦੀ ਉਸ ਤੋਂ ਥੋੜਾ ਜਿਹਾ ਉੱਪਰ ਲੈ ਕੇ ਜਾਂਦੇ ਆਂ ਉਹ ਵੀ ਉਸ ਵਾਸਤੇ ਕਿ ਠੀਕ ਹੈ ਬੱਚੇ ਨੂੰ ਜੋ ਪੇਨ ਨਾ ਹੋਵੇ ਅਸੀਂ ਉਹ ਸਿਸਟਮ ਨਹੀਂ ਰੱਖਿਆ ਕਿ 5-7 ਲੱਖ ਰੁਪਏ ਉੱਪਰ ਰੱਖ ਲਈਏ ਅਸੀਂ ਇਹ ਟਰਾਂਸਪੇਰੈਂਟਲੀ ਬੱਚੇ ਨੂੰ ਕਹਿੰਨੇ ਆ ਟੋਟਲ ਖਰਚਾ ਤੇਰਾ ਇੰਨਾ ਹੈ ਹੂੰ ਜਿਹਦੇ ਵਿੱਚ ਤੇਰੀ ਅੰਬੈਸੀ ਫੀਸ ਹੈ ਐਪਲੀਕੇਸ਼ਨ ਫੀਸ ਹੈ ਕਾਲਜ ਦੀ ਫੀਸ ਹੈ ਠੀਕ ਹੈ ਬਾਕੀ ਜਿਹੜਾ ਉੱਪਰ ਹੈਗਾ ਸਾਡਾ ਥੋੜਾ ਜਿਹਾ ਪੈਸਾ ਸਾਡਾ ਬੱਚਾ ਬੜਾ ਖੁਸ਼ ਹੋ ਕੇ پیسے ਦੇ ਕੇ ਜਾਂਦਾ ਹੋ ਹੂੰ ਅਗਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਹੁਣ ਤੱਕ ਸਾਡੀਆਂ ਵੀ ਕਿਸੇ ਨਾ ਕਿਤੇ ਕੰਪਲੀਟਸ ਹੋਈਆਂ ਹੁੰਦੀਆਂ ਟੱਚਵੁੱਡ ਸਾਡੀ ਅੱਜ ਤੱਕ ਕੋਈ ਕੰਪਲੀਟ ਨਹੀਂ ਹੈਗੀ ਕੋਈ ਸਾਡੇ ਰਿਵਿਊਜ਼ ਬੈਣ ਨਹੀਂ ਹੈਗੇ ਸਾਡੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਤੁਸੀਂ ਚੈੱਕ ਕਰ ਲਓ ਕਿਉਂਕਿ ਅਸੀਂ ਬੱਚਿਆਂ ਨਾਲ ਗਲਤ ਕਮਿਟਮੈਂਟ ਕਰਦੇ ਹੀ ਨਹੀਂ ਗਲਤ ਕਮਿਟਮੈਂਟ ਕਰਨ ਤੋਂ ਬਾਅਦ ਮੈਂ ਨਾਮ ਨਹੀਂ ਲੈਂਦਾ ਮੋਹਾਲੀ ਚੰਡੀਗੜ੍ਹ ਦੇ ਕੁਝ ਐਸੇ ਏਜੰਟ ਹੈਗੇ ਨੇ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਨਹੀਂ ਬਣਾਏ ਉਹ ਕਿਉਂ ਨਹੀਂ ਬਣਾਏ ਕਿਉਂਕਿ ਉਹਨਾਂ ਦਾ ਪਰਦਾ ਨਾ ਫਾਸ ਜਾਵੇ ਕਈਆਂ ਨੇ ਤਾਂ ਬੋਰਡ ਤੱਕ ਨਹੀਂ ਲਗਾਏ ਔਰ ਫਿਰ ਵੀ 100 200 200 ਫਾਈਲ ਚੱਕੀ ਵਰਦੇ ਆ ਹੁਣ ਕੀ ਕਹਾ ਮੈਂ ਤੰਜ਼ਾ ਬਣ ਗਿਆ ਬੁਰੀ ਤਰ੍ਹਾਂ ਬਹੁਤ ਜ਼ਿਆਦਾ ਨੈਕਸਸ ਬਣੀ ਕਿ ਇਹ ਜਿਹੜਾ ਇਸ ਟਾਈਮ ਤੇ ਹਰ ਹਰ ਪੰਜਾਬੀ ਮੈਨੂੰ ਪੰਜਾਬ ਦਾ ਵਿਰਲਾ ਘਰ ਹੋਏਗਾ ਜਿਹਦੇ ਚ ਬੱਚਾ ਕਹਿੰਗੇ ਮੈਂ ਨਹੀਂ ਬਾਹਰ ਜਾਣਾ ਹਰ ਬੱਚਾ ਚਾਹੁੰਦਾ ਕਿ ਅਸੀਂ ਬਾਹਰ ਜਾਈਏ ਠੀਕ ਹੈ ਉਹ ਸਾਡੇ ਪਿੱਛੇ ਕੈਮਰਾਮੈਨ ਬੈਠਾ ਹੋਵੇ ਕਹਿੰਦਾ ਮੈਂ ਬਾਹਰ ਜਾ ਰਿਹਾ ਸੋ ਹਰ ਬੰਦਾ ਕਹਿੰਦਾ ਕਿ ਅਸੀਂ ਬਾਹਰ ਜਾਣਾ ਆ ਤੇ ਮਾਪੇ ਵੀ ਕਹਿੰਦੇ ਕਿ ਇੱਥੇ ਸਾਨੂੰ ਜੌਬ ਨਹੀਂ ਮਿਲੇ ਜਾਂ ਮਿਲੇ ਵੀ ਤਾਂ 15000 ਪੈਣਾ ਸਟਾਰਟਿੰਗ 8000 ਚ ਹੋਏਗੀ ਤਾਂ ਇਨੇ ਨਾਲ ਬੱਚਾ ਹੌਲੀ ਹੌਲੀ ਕਿੱਥੇ ਕਿੰਨੇ ਕੁ 45 ਅਰਮੀ ਨੇ ਨਾ ਕਮਾਏਗਾ ਤਾਂ ਮਾਪੇ ਵੀ ਚਾਹੁੰਦੇ ਕਿ ਬੱਚਾ ਬਾਹਰ ਸੈੱਟ ਹੋ ਜਾਏ ਅਸੀਂ ਵੀ ਚਲ ਜਾਗੇ ਸਭ ਪਰਵਾਹ ਸੈੱਟ ਹੋ ਜਾਏਗਾ ਇਹ ਜਿਹੜੀ ਇੱਕ ਇਹ ਹੋੜ ਆ ਗਈ ਇੱਕ ਹੋੜ ਆ ਗਈ ਏਜੰਸੀ ਦੀ ਉਹ ਕਹਿੰਦੇ ਕਿ ਅਸੀਂ ਬਾਹਰ ਭੇਜਾਂਗੇ ਦਾਅਵੇ ਕਰਨੇ ਸ਼ੁਰੂ ਕਰ ਦਿੰਦੇ ਨੇ ਤਾਂ ਕੀ ਲੱਗਦਾ ਕਿ ਜ਼ਮੀਰ ਮਰਦੇ ਜਾਂਦੇ ਨੇ ਲੋਕਾਂ ਦੇ ਕਿ ਦੇਖਿਆ ਨਹੀਂ ਜਾਂਦਾ ਧੋਖਾ ਠੱਗੀਆਂ ਜਿਹੜੀਆਂ ਲੋਕ ਕਰਨਾ ਸ਼ੁਰੂ ਕਰ ਦਿੰਦੇ ਨੇ ਬੜਾ ਸੀਰੀਅਸ ਕੁਐਸਚਨ ਪੁੱਛਿਆ ਮਨਦੀਪ ਜੀ ਤੁਸੀਂ ਇਹ ਮੈਂ ਤੁਹਾਡੀ ਪਹਿਲੀ ਗੱਲ ਤੇ ਆਉਣਾ ਪਹਿਲਾਂ ਸਾਡੇ ਪੰਜਾਬੀ ਸੱਤ ਸਮੁੰਦਰ ਪਾਰ ਵਿਲੈਤ ਜਾਂਦੇ ਸੀ ਉਹਨਾਂ ਦੀ ਬੜੀਆਂ ਮਜਬੂਰੀਆਂ ਸੀਗੀਆਂ ਪਿੱਛੋ ਪਰਿਵਾਰ ਦੀ ਰੋਟੀ ਕਿਸੇ ਦੀ ਜੋ ਆਪਣਾ ਬੁਰੇ ਹਾਲਾਤਾਂ ਚੋਂ ਪੰਜਾਬ ਨਿਕਲਿਆ ਉਹਦੀ ਵਜ੍ਹਾ ਕਰਕੇ ਜਾਂਦੇ ਸੀਗੇ ਹੁਣ ਕਿ ਦੌੜ ਲੱਗ ਗਈ ਹੈ ਉਹ ਜੋ ਅੱਜ ਦਾ ਜ਼ਮਾਨਾ ਹੈ ਜਿਸ ਨੂੰ ਪੈਸੇ ਦੀ ਇੱਥੇ ਕੋਈ ਕਮੀ ਨਹੀਂ ਉਹ ਵੀ ਕਹਿੰਦਾ ਮੈਂ ਬਾਹਰ ਪੜਨਾ ਜਿਹਦੀ ਮਜਬੂਰੀ ਹੈ ਉਹਨੇ ਤਾਂ ਪੜ੍ਹਨਾ ਹੀ ਪੜ੍ਹਨਾ ਆ। ਅਰ ਜਿਹਦੇ ਟਾਈਮ 'ਚ ਜੋ ਨਹੀਂ ਜਾ ਪਾਂਦਾ ਉਹ ਸਿਰਫ ਦੋ ਬੱਚੇ ਨੇ ਜਿਹਦੇ ਕੋਲ ਜੋ ਅਫੋਰਡ ਨਹੀਂ ਕਰਦਾ ਜਾਂ ਜੋ ਜਿਸ ਦਾ ਪ੍ਰੋਫਾਈਲ ਸੂਟੇਬਲ ਨਹੀਂ ਹੈ। ਚਾਹੇ ਉਹ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਹੈ। ਸਿਰਫ ਦੋ ਹੀ ਕਾਰਨ ਨੇ ਜੋ ਬੱਚਾ ਅੱਜ ਦੇ ਟਾਈਮ 'ਚ ਨਹੀਂ ਜਾ ਰਿਹਾ। ਨਹੀਂ ਅਦਰਵਾਈਜ਼ ਕਹਿੰਦੇ ਸਾਰੇ ਅਸੀਂ ਮਤਲਬ ਬਾਹਰ ਜਾਣਾ। ਹੁਣ ਇਸ ਚੀਜ਼ਾਂ ਦਾ ਏਜੰਟਾਂ ਨੇ ਬੜਾ ਨਜਾਇਜ਼ ਫਾਇਦਾ ਚੱਕਿਆ। ਪਹਿਲਾਂ ਚੱਕਿਆ। ਦੇਖੋ ਕਿੱਡੇ ਵੱਡੇ ਵੱਡੇ ਮਤਲਬ ਸਕੈਮ ਫੜੇਗੇ। ਹੁਣ ਹੁਣ ਏਜੰਟ ਇਹ ਸੋਚਦੇ ਆ ਵੀ ਤੇਰਾ ਵੀਕ ਪ੍ਰੋਫਾਈਲ ਆ ਕੋਈ ਗੱਲ ਨਹੀਂ ਸਾਡੇ ਖਾਤੇ 'ਚ ਪੈਸੇ ਪਾ ਦੇ ਉਹਦੀ ਸਾਲ ਡੇਢ ਸਾਲ ਭੁਗਾਈ ਕਰਾਉਂਦੇ ਆ ਫਿਰ ਉਹ ਬਾਅਦ 'ਚ ਕਹਿੰਦੇ ਤੇਰਾ ਲੱਗਿਆ ਨਹੀਂ ਕੱਟ ਕੇ ਉਹਨੇ ਪੈਸੇ ਵਾਪਸ ਕਰ ਦਿੰਦੇ ਆ ਆ ਅੱਜ ਦੇ ਟਾਈਮ ਦੇ ਵਿੱਚ ਜੋ ਸਿਨੈਰੀਓ ਸੱਚਾਈ ਹੋ ਇਹ ਮੈਂ ਬੱਚਿਆਂ ਨੂੰ ਬਾਰ-ਬਾਰ ਇਹੀ ਗੱਲ ਕਹਿਣਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਹਿਣਾ ਕਿ ਤੁਸੀਂ ਅਵੇਅਰਨੈਸ ਲੈ ਕੇ ਆਓ ਆਪਣੇ ਆਪ 'ਚ ਖੈਰ ਪਹਿਲਾਂ ਨਾਲੋਂ ਤਾਂ ਬੱਚਿਆਂ 'ਚ ਬਹੁਤ ਅਵੇਅਰਨੈਸ ਆ ਗਈ ਹੈ ਅਵੇਅਰਨੈਸ ਲੈ ਕੇ ਆਓ ਏਜੰਟਾਂ ਦੀਆਂ ਗੱਲਾਂ ਦੇ ਵਿੱਚ ਨਾਓ ਪਹਿਲਾਂ ਦੇਖੋ ਪਰਖੋ ਬੀ ਏਜੰਟ ਕਿੰਨੀ ਕੀ ਗੱਲ ਸੱਚੀ ਕਰ ਰਿਹਾ ਫਿਰ ਤੁਸੀਂ ਆਪਣੀ ਫਾਈਲ ਲਓ ਅਲਕ ਸਾਬ ਇੱਕ ਸਵਾਲ ਉਹ ਰੇ ਬੱਚਿਆਂ ਦਾ ਵੀਜ਼ਾ ਏਜੰਟ ਲੈ ਦਿੰਦੇ ਨੇ ਵੀਜ਼ਾ ਆਂਦਾ ਸਭ ਕੁਝ ਡਨ ਹੋ ਜਾਂਦਾ ਜਦੋਂ 에어ਪੋਰਟ ਤੇ ਪਹੁੰਚ ਜਾਂਦੇ ਬਹੁਤ ਬੱਚੇ ਉਦੋਂ ਵੀ ਵਾਪਸ ਆਏ ਦੇਖੋ ਉਹਦੇ ਵਿੱਚ ਨਾ ਮੈਂ ਸਾਰਾ ਗਜ਼ੂਰ ਏਜੰਟਾਂ ਦਾ ਨਹੀਂ ਕਹੂੰਗਾ ਕਈ ਵਾਰੀ ਯੂਨੀਵਰਸਿਟੀਆਂ ਵੀ ਇਦਾਂ ਕਰ ਦਿੰਦੇ ਯੂਕੇ ਦੀ ਇੱਕ ਯੂਨੀਵਰਸਿਟੀ ਸੀ ਪਿਛਲੇ ਸਾਲ ਦੀ ਗੱਲ ਕਰਦਾ ਅੰਮ੍ਰਿਤਸਰ 에어ਪੋਰਟ ਤੋਂ 60 ਬੱਚੇ ਉਹਨਾਂ ਨੇ ਵਾਪਸ ਭੇਜੇ ਬੱਚਿਆਂ ਨੂੰ ਕਾਸ ਦਿੱਤਾ ਯੂਨੀਵਰਸਿਟੀ ਨਹੀਂ ਦਿੱਤਾ ਵੀਜ਼ਾ ਦਿੱਤਾ ਅੰਬੈਸੀ ਨਹੀਂ ਦਿੱਤਾ ਵੀਜ਼ਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਤੁਸੀਂ ਫਲਾਈਟ ਕਿਉਂ ਨਹੀਂ ਚੜ੍ਹਾਉਂਦੇ ਰਹੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਹਾਡਾ ਕਾਸ ਐਕਸਪਾਇਰ ਹੋ ਗਿਆ ਕਾਸ ਐਕਸਪਾਇਰ ਹੋ ਗਿਆ ਤਾਂ ਤੁਸੀਂ ਰੀ ਕਾਸ ਇਸ਼ੂ ਕਰੋ ਰੀ ਰੀਸ਼ੂ ਕਰੋ ਨਾ ਕਾਸ ਨੂੰ ਤਾਂ ਯੂਨੀਵਰਸਿਟੀਆਂ ਵੀ ਇੱਥੇ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਹੁਣ ਕਾਲਜੇਸ ਨੇ ਮੌਂਟਰੀਅਲ ਦੇ ਵਿੱਚ ਕਿੰਨੇ ਬੱਚਿਆਂ ਨਾਲ ਗਲਤ ਹੋਇਆ ਇੱਥੇ ਸਰਕਾਰਾਂ ਦੀ ਗਲਤੀ ਹੈ ਸਾਡੀ ਸਰਕਾਰ ਟੈਕਸ ਤਾਂ ਹਰ ਇੱਕ ਚੀਜ਼ ਤੇ ਮੰਗਦੀ ਹੈ ਠੀਕ ਹੈ ਤੁਸੀਂ ਅਗਰ ਪੈਸਾ ਬਾਹਰ ਭੇਜਣਾ ਤਾਂ ਵੀ ਤੁਹਾਨੂੰ ਟੈਕਸ ਚਾਹੀਦਾ ਤੁਸੀਂ ਪੈਸਾ ਬਾਹਰ ਇੱਥੇ ਮਾਣ ਤਾਂ ਵੀ ਟੈਕਸ ਚਾਹੀਦਾ ਤੁਸੀਂ ਬੱਚੇ ਦਾ ਕੈਰੀਅਰ ਦੀ ਤੁਸੀਂ ਪੜ੍ਹਾਈ ਕਰਾਉਣੀ ਹੈ ਉਰੇ ਕਰਾਉਣੀ ਤਾਂ ਵੀ ਟੈਕਸ ਚਾਹੀਦਾ ਉੱਥੇ ਕਰਾਉਣੀ ਤਾਂ ਵੀ ਬਟ ਤੁਸੀਂ ਇਸ ਚੀਜ਼ ਦੇ ਵਿੱਚ ਇਨਵੋਲ ਕਿਉਂ ਨਹੀਂ ਹੁੰਦੇ ਬਾਹਰਲੀ ਸਰਕਾਰ ਤੁਹਾਡੇ ਨਾਲ ਕੀ ਕਰ ਰਹੀ ਹੈ 2009 ਦੇ ਵਿੱਚ ਯੂਕੇ ਨੇ ਬਹੁਤ ਬੁਰਾ ਕਰਿਆ ਇੱਥੇ ਬੱਚਿਆਂ ਦੇ ਪਤਾ ਨਹੀਂ ਹਰ ਏਜੰਟ ਕੋਈ 20 ਲੱਖ ਕੋਈ 50 ਲੱਖ ਕੋਈ ਕਰੋੜ ਦੇ ਥੱਲੇ ਆਇਆ ਬੱਚਿਆਂ ਦੇ ਪੈਸੇ ਮਾਰ ਕੇ ਫਿਰ ਆਸਟ੍ਰੇਲੀਆ ਨੇ ਕਰਿਆ ਵੀ ਉੱਥੇ ਕਾਲਜ ਬਲੈਕਲਿਸਟ ਹੋਏ ਠੀਕ ਹੈ ਫਿਰ ਹੁਣ ਯੂਕੇ ਪਿੱਛੇ ਜੇ ਕਰਨ ਲੱਗ ਗਿਆ ਇਹ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਵਿੱਚ ਹੋਇਆ ਕਾਲੀ ਬਲੈਕਲਿਸਟ ਹੋਈ ਬੱਚਿਆਂ ਦੀ ਫੀਸਾ ਮਰ ਗਿਆ ਏਜੰਟਾਂ ਦੇ ਬਾਹਰ ਧਰਨੇ ਲੱਗੇ ਹੈਨਾ ਇੱਥੇ ਤੁਸੀਂ ਕੀ ਦਾ ਕਸੂਰ ਕੱਢੋਗੇ ਹਮ ਸਰਕਾਰ ਕਿਉਂ ਨਹੀਂ ਇਨਵੋਲਵ ਹੁੰਦੀ ਸਰਕਾਰ ਉੱਥੇ ਦਾ ਇਨਵੋਲਵ ਹੋ ਜਾਂਦੀ ਹੈ ਕਿ ਏਜੰਟ ਤੇ ਕੰਪਲੀਟ ਹੋ ਗਈ ਉੱਥੇ ਕਿਉਂ ਨਹੀਂ ਇਨਵੋਲਵ ਹੁੰਦੀ ਜਦੋਂ ਯੂਨੀਵਰਸਿਟੀ ਕਾਲਜ ਬਾਹਰਲੇ ਦੇਸ਼ ਦੇ ਵਿੱਚ ਬੈਠਾ ਬੱਚਿਆਂ ਨਾਲ ਗਲਤ ਕਰ ਰਿਹਾ ਉੱਥੇ ਏਜੰਟ ਦਾ ਕੀ ਕਸੂਰ ਹੈ ਬਸ ਇਦਾਂ ਵੀ ਹੁੰਦਾ ਬਲੈਕਲਿਸਟ ਹੋਈ ਕਾਲਜਾਂ ਦੇ ਆਫਰ ਲੈਟਰ ਤੱਕ ਆ ਜਾਂਦੇ ਨੇ ਤਾਂ ਬੱਚੇ ਉਦੋਂ ਵੀ ਬਹੁਤ ਪਰੇਸ਼ਾਨ ਹੁੰਦੇ ਨੇ ਹਾਂ ਉੱਥੇ ਏਜੰਟ ਜਦੋਂ ਅ ਬੱਚੇ ਦੀ ਫਾਈਲ ਅਪਲਾਈ ਕਰਦਾ ਉਹ ਇਹ ਕਿਉਂ ਨਹੀਂ ਚੈੱਕ ਕਰਦਾ ਵੀ ਇਹ ਕਾਲਜ ਯੂਨੀਵਰਸਿਟੀ ਬਲੈਕਲਿਸਟਰ ਦਾ ਨਹੀਂ ਮੈਨੂੰ ਇੱਥੇ ਲਾਉਣੀ ਚਾਹੀਦੀ ਹੈ ਕਿ ਨਹੀਂ ਲਾਉਣੀ ਚਾਹੀਦੀ ਉੱਥੇ ਏਜੰਟ ਗਲਤ ਹੈ ਹਮ ਅਲਕ ਸਾਬ ਅਸੀਂ ਜਾਨਣਾ ਚਾਹਾਂਗੇ ਕਿ ਜਿਸ ਬੱਚਾ ਤੁਹਾਡੇ ਕੋਲ ਆਇਆ ਆਪਣੀ ਫਾਈਲ ਲੈ ਕੇ ਆਇਆ ਤੁਸੀਂ ਚਾਹੁੰਦੇ ਹੋ ਕਿ ਬੱਚਾ ਇਹ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਕਿ ਇਹ ਇਹ ਜ਼ਿੰਮੇਵਾਰੀ ਨਹੀਂ ਸਿਰਫ ਭੇਜਦਾ ਓਕੇ ਬਸ ਅੱਗੇ ਦੀ ਜ਼ਿੰਮੇਵਾਰੀ ਵੀ ਤੁਹਾਡੀ ਤੁਸੀਂ ਲੈਣੇ ਹੋ ਕਿ ਜਿੱਦਾਂ ਉੱਥੇ ਬੱਚਾ ਪਹੁੰਚ ਗਿਆ ਤਾਂ ਵਰਕ ਪਰਮਿਟ ਲੈਣਾ ਜਾਂ ਜਿਹੜੀ ਯੂਨੀਵਰਸਿਟੀ ਕਾਲਜ ਉਹ ਪੜ ਰਿਹਾ ਹੈਗਾ ਆ ਤਾਂ ਉਸ ਤੋਂ ਬਾਅਦ ਉਹ ਮਾਨਤਾ ਪ੍ਰਾਪਤ ਹੋਏਗੀ ਬੱਚੇ ਦੇ ਲਈ ਉਹਨੂੰ ਵੀਜ਼ਾ ਅੱਗੇ ਵਰਕ ਪਰਮਿਟ ਲੈਣ 'ਚ ਸੌਖਾ ਹੋਏਗਾ ਮੈਂ ਤੁਹਾਡੀ ਗੱਲ ਦਾ ਇੱਕੋ ਜਵਾਬ ਦੇ ਦਿੰਦਾ ਮੈਂ ਖੁਦ ਰਾਤ ਨੂੰ ਕਈ ਵਾਰੀ ਸਾਰੀ ਸਾਈ ਰਾਤ ਜਾ ਕੇ ਬੱਚਿਆਂ ਦੀ ਪ੍ਰੋਬਲਮ ਸੋਲਵ ਕਰਵਾਉਣਾ ਮੇਰੇ ਸਟਾਫ ਨੇ ਤਾਂ ਚਲੋ ਜਿਹੜੇ ਮੇਨ ਮੁੱਖ ਹੈਗੇ ਨੇ ਉਹ ਤਾਂ ਕਰਦੀ ਕਰਦੇ ਨੇ ਅਸੀਂ ਪੂਰੀ ਪੇਨ ਲੈਣੇ ਆ ऑनशोर प्रॉब्लम्स ਵੀ ਉਹਨਾਂ ਦੀਆਂ ਸੋਲਵ ਕਰਦੇ ਆਂ ਅਗਰ ਬੱਚੇ ਨੂੰ ਉੱਥੇ ਜਾ ਕੇ ਵੀ ਕੋਈ ਪ੍ਰੋਬਲਮ ਆਂਦੀ ਹੈ ਈਵਨ ਕਿ 에어ਪੋਰਟ ਤੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਅਸੀਂ ਉਹ ਕਲੀਅਰ ਕਰਵਾਉਂਦੇ ਆਂ ਬਹੁਤ ਵਾਰੀ ਹੁੰਦਾ ਸਾਡਾ ਪਰਿਵਾਰ ਸਾਰਾ ਸੁੱਤਾ ਪਿਆ ਹੁੰਦਾ ਬਟ ਅਸੀਂ ਇਕੱਲੇ ਕੋਠੇ ਤੇ ਫੋਨ ਤੇ ਗੱਲਾਂ ਕਰ ਰਹੇ ਹੁੰਦੇ ਬੱਚੇ ਨੂੰ ਉਹਦੀ ਜੋ ਵੀ ਉਹਨੂੰ ਡਾਕੂਮੈਂਟ ਚਾਹੀਦਾ ਹੈ ਉਹ ਪ੍ਰੋਵਾਈਡ ਕਰਵਾਉਣਾ ਜਾਂ ਉੱਥੇ ਕਾਲਜ ਯੂਨੀਵਰਸਿਟੀ ਨਾਲ ਕੋਈ ਰਾਬਤਾ ਕਰਨਾ ਤਾਂ ਕਰਨਾ ਪੈਂਦਾ ਉਹ ਸਾਡੀ ਲਾਈਨ ਹੈ ਅ ਸਾਡਾ ਫਰਜ਼ ਬੰਦਾ ਉਹ ਸਿਰਫ ਇਤੀ ਗੱਲ ਨਹੀਂ ਖਤਮ ਹੁੰਦੀ ਕਿ ਵੀਜ਼ਾ ਲਵਾ ਲਿਆ ਤੇ ਕਾਲਜ ਤੋਂ ਕਮਿਸ਼ਨ ਲੈ ਲਿਆ ਓਕੇ ਹੈ ਹਮ ਬਿਲਕੁਲ ਸਾਡੇ ਪੂਰੇ ਇਹ ਜ਼ਿੰਮੇਵਾਰੀਆਂ ਨੇ ਜੀ ਬਿਲਕੁਲ ਇੱਕ ਹੋਰ ਚਿੰਤਾ ਦਾ ਵਿਸ਼ਾ ਇਸ ਵੇਲੇ ਜੋ ਬਣਦਾ ਪਿਆ ਹੈ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਕਈ ਵਾਰ ਮੁੰਡੇ ਆਇਲਸ ਕੰਪਲੀਟ ਨਹੀਂ ਕਰ ਪਾਉਂਦੇ ਤਾਂ ਕੁੜੀ ਲੱਭ ਲੈਂਦੇ ਆ ਵਿਆਹ ਹੋ ਜਾਂਦਾ ਹੈ ਤਾਂ ਕੁੜੀ ਜਦੋਂ ਉੱਥੇ ਜਾਂਦੀ ਹੈ ਤਾਂ ਮੁੱਕਰ ਜਾਂਦੀ ਹੈ ਤਾਂ ਇਹ ਕੋਈ 에ਜੰਟ ਜਾਂ ਕੋਈ ਛੜਾ ਦੰਦ ਦਾ ਲਾਅ ਹੈਗਾ ਜਾਂ ਕਿ ਜਾਂ ਕੋਈ 에ਜੰਟ ਇਹ ਕਰੇ ਕਿ ਜਦੋਂ ਤੁਸੀਂ ਕੁੜੀ ਨੂੰ ਬਾਹਰ ਭੇਜਣਾ ਹੈ ਕਿ ਦੋਨਾਂ ਫੈਮਿਲੀ ਨਾਲ ਕਮਿਟਮੈਂਟ ਹੋ ਚੁੱਕਾ ਹੈ ਤਾਂ ਜਦੋਂ ਤੁਸੀਂ ਉੱਥੇ ਭੇਜ ਰਹੇ ਹੋ ਜਾਂ ਕਿ ਕੁੜੀ ਮੁੱਕਰੀ ਨਾ ਕੋਈ ਇਦਾਂ ਦਾ ਤੁਹਾਨੂੰ ਨਾਲ ਲਾਉਣਾ ਪਵੇ ਕਾਗਜ਼ ਕਿ ਹਾਂ ਮੁੰਡੇ ਨੂੰ ਬੁਲਾਵੇ ਹੀ ਬੁਲਾਵੇ ਨਹੀਂ ਅੱਦਾ ਕੁਝ ਨਹੀਂ ਹੋ ਸਕਦਾ ਦੇਖੋ ਆਪਣੇ ਪਿੱਛੇ ਇੰਨਾ ਰੌਲਾ ਪਿਆ ਸੀ ਉਹ ਕੈਨੇਡਾ ਦੇ ਵਿੱਚ ਕੇਸ ਹੋਇਆ ਸੀ ਲਫਰੀ ਦਾ ਹਾਂ ਮੁੰਡਾ ਇੱਥੇ ਸੁਸਾਈਡ ਕਰ ਗਿਆ ਉਹਦੇ باوجود ਵੀ ਕਿਸੇ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਚਾਹੇ ਠੀਕ ਹੈ ਇੱਥੋਂ ਦੇ ਕੁਝ ਸੋਸ਼ਲ ਵਰਕਰ ਸੀਗੇ ਜਿਨ੍ਹਾਂ ਨੇ ਜਾਂ ਉੱਥੇ ਦੇ ਵੀ ਕੁਝ ਸੋਸ਼ਲ ਵਰਕਰ ਸੀਗੇ ਜਿਨ੍ਹਾਂ ਨੇ ਐਫਰਟ ਕਰੇ ਤੇ ਉਹਨਾਂ ਨੂੰ ਠੀਕ ਹੈ ਲੈਟਰਾਂ ਦਾ ਰਿਵਰਟ ਵੀ ਆਇਆ ਬਟ ਅੱਜ ਤੱਕ ਰਿਜ਼ਲਟ ਦਾ ਉਹ ਕੁਝ ਨਹੀਂ ਹੈ ਜ਼ੀਰੋ ਹੈ ਤੇ ਜੇ ਸਰਕਾਰਾਂ ਇਸ ਚੀਜ਼ ਤੇ ਚਾਹਣ ਤਾਂ ਕੰਮ ਹੋ ਸਕਦਾ ਪਹਿਲੀ ਗੱਲ ਤਾਂ ਜੋ ਲੋਕ ਹੈ ਉਹ ਬਾਹਰ ਜਾਣ ਪਿੱਛੇ ਇੰਨੇ ਮਤਲਬ ਉਤਾਵਲੇ ਹੋ ਜਾਂਦੇ ਆ ਉਹ ਕਹਿੰਦੇ ਜੀ ਪੇਪਰ ਮੈਰੀ ਕਰਾ ਦਿਓ ਕਿਉਂ ਕਰਦੇ ਹੋ ਪੇਪਰ ਮੈਰੀ ਬਈ ਗਲਤ ਹੈ ਤੇ ਪੇਪਰ ਮੈਰੀ ਦੇ ਵਿੱਚ ਫਰਾਡ ਦੇ ਚਾਂਸੇ ਜ਼ਿਆਦੇ ਆ ਹੂੰ ਕੋਈ ਵੀ ਕਰ ਸਕਦਾ ਮੁੰਡਾ ਵੀ ਕਰ ਸਕਦਾ ਕੁੜੀ ਵੀ ਕਰ ਸਕਦੀ ਹੈ ਵੀ ਵੀ ਕਰ ਸਕਦੀ ਹੈ ਰੀਅਲ ਮੈਰਿਜ ਦੇ ਵਿੱਚ ਜਦੋਂ ਕੋਈ ਐਦਾਂ ਦਾ ਕੇਸ ਹੁੰਦਾ ਹੈ ਤਾਂ ਉਹਦੇ ਵਿੱਚ ਮੇਰੇ ਹਿਸਾਬ ਨਾਲ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਏਜੰਟ ਕੁਝ ਨਹੀਂ ਕਰ ਸਕਦਾ ਹੁਣ ਇਹ ਤਾਂ ਦੋਨਾਂ ਪਰਿਵਾਰਾਂ ਨੇ ਲਾਅ ਬਣਾਣਾ ਹੈ ਜਿਹੜਾ ਬਣਾਣਾ ਜੀ ਬਿਲਕੁਲ ਪ੍ਰੋਵਾਈਡਰ ਦੇ ਕੋਲ ਜੇ ਬੱਚੇ ਆਉਣ ਤਾਂ ਕਿਉਂ ਆਉਣ ਤੁਸੀਂ ਕੀ ਪ੍ਰੋਸੈਸ ਦੇ ਰਹੇ ਹੋ ਔਰ ਕਿੰਨੇ ਚ ਬੱਚੇ ਨੂੰ ਤੁਸੀਂ ਭੇਜ ਰਹੇ ਹੋਗੇ ਉਹ ਦੇਖੋ ਪ੍ਰੋਵਾਈਡਰ ਦੇ ਵਿੱਚ ਸਾਡਾ ਤਜਰਬਾ ਸਾਡੇ ਤਜਰਬੇ ਦੇ ਹਿਸਾਬ ਨਾਲ ਅਸੀਂ ਕਹਿੰਨੇ ਕਿ ਅਸੀਂ ਆਪਣੇ ਵੱਲੋਂ ਪੂਰੇ ਐਫਰਟਸ ਕਰਦੇ ਆ ਜੇ ਕਦੀ ਕੋਈ ਕਿਸੇ ਫਾਈਲ ਦੇ ਵਿੱਚ ਥੋੜੀ ਬਹੁਤੀ ਕਮੀ ਪੇਸ਼ੀ ਰਹ ਜਾਂਦੀ ਹੈ ਪਰ ਉਹਨੂੰ ਅਸੀਂ ਵਿੱਚੋਂ ਛੱਡਦੇ ਨਹੀਂ ਡ੍ਰੌਪ ਨਹੀਂ ਕਰਦੇ ਉਹਨੂੰ ਪੂਰਾ ਕਵਰ ਕਰਦੇ ਆ ਚਾਹੇ ਹੋ ਸਕਦਾ ਉਹਨੂੰ ਥੋੜਾ ਟਾਈਮ ਜ਼ਿਆਦਾ ਲੱਗੇ ਦੂਸਰੀ ਗੱਲ ਪ੍ਰੋਵਾਈਡਰਸ ਦੇ ਵਿੱਚ ਦੂਸਰੇ ਵਾਂਗੂ ਮੂੰਹ ਬਹੁਤ ਵੱਡੇ ਨਹੀਂ ਹੈਗੇ ਬਹੁਤ ਛੋਟੇ ਛੋਟੇ ਮੂੰਹ ਹੈ ਤੇ ਅਸੀਂ ਸਹਿੰਦਾ ਸਹਿੰਦਾ ਆਪਣੀ ਕੰਸਲਟੈਂਸੀ ਨਾਲ ਗੁਜ਼ਾਰਾ ਕਰ ਲੈਂਦੇ ਆ ਔਰ ਜਿਹੜੇ ਰਹੀ ਗੱਲ ਪੈਕੇजेस ਦੀ ਪੈਕੇजेस ਵੀ ਸਾਡੇ ਹੋਰਾਂ ਨਾਲੋਂ ਬਹੁਤ ਘੱਟ ਰੇਟ ਤੇ ਯੂਰੋਪੀਅਨ ਕੰਟਰੀ ਹੈ ਚਾਹੇ ਤੇ ਚਾਹੇ ਕੈਨੇਡਾ ਆਸਟ੍ਰੇਲੀਆ ਯੂਕੇ ਹੈ ਯੂਐਸਏ ਹੈ ਬੜੇ ਨੋਮੀਨਲ ਕੋਸਟ ਦੇ ਉੱਤੇ ਸਾਡੇ ਪੈਕੇजेस ਨੇ ਔਰ ਸਭ ਤੋਂ ਜਿਹੜੀ ਮੇਨ ਗੱਲ ਹੈ ਚਾਹੇ ਉਹ ਸਾਡੇ ਕੋਲ ਸਟੈਪ ਬਾਈ ਸਟੈਪ ਕਿਸੇ ਨੇ ਫਾਈਲ ਲਾਈ ਹੈ ਤੇ ਚਾਹੇ ਉਹ ਪੈਕੇਜ ਦੇ ਵਿੱਚ ਲਾਈ ਹੈ ਸਾਡੀ ਟਰਾਂਸਪੇਰੈਂਸੀ ਇਕੁਅਲ ਹੈ ਏ ਨਹੀਂ ਹੈ ਕਿ ਇਹ ਪੈਕੇਜਰ ਸੀ ਨੂੰ ਕੁਝ ਦੱਸਣਾ ਨਹੀਂ ਐਦਾਂ ਬਿਲਕੁਲ ਨਹੀਂ ਐ ਅਸੀਂ ਆਪਣੇ ਆਪ ਨੂੰ ਪੂਰਾ ਟਰਾਂਸਪੇਰੈਂਟ ਕਰਕੇ ਚੱਲਦੇ ਹਾਂ ਸਾਡੀ ਕੰਪਨੀ ਦੀ ਇਹੀ ਖਾਸੀਅਤ ਹੈ ਇਸੇ ਵਾਸਤੇ ਕਹਿੰਦਾ ਕਿ ਸਾਡੇ ਕੋਲ ਜਰੂਰ ਇੱਕ ਵਾਰੀ ਸਾਡੇ ਆਫਿਸ ਆਓ 12 April ਨੂੰ ਬਰਨਾਲੇ ਸੈਮੀਨਾਰ ਹੈ ਬਰਨਾਲੇ ਆਫਿਸ ਦੀ ਓਪਨਿੰਗ ਹੈ ਤੇ ਉੱਥੇ ਜਰੂਰ ਪਹੁੰਚੋ ਬੱਚਿਆਂ ਨੂੰ ਮੈਂ ਇਹੀ ਗੱਲ ਰਿਕਵੈਸਟ ਕਰੂੰਗਾ ਆਓ ਇੱਕ ਵਾਰੀ ਦੇਖੋ ਕਾਲਜਸ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਆਏ ਹੋਣਗੇ ਉਹਨਾਂ ਨਾਲ ਗੱਲ ਕਰੋ ਤੁਸੀਂ ਉਹਨਾਂ ਤੋਂ ਆਪਣੇ ਸਵਾਲ ਜਾ ਪੁੱਛੋ ਔਰ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਉੱਥੇ ਜੋ ਪੈਕੇजेस ਦੇ ਵਿੱਚ ਇਨਰੋਲ ਹੋਣਗੇ ਉਹਨਾਂ ਤੋਂ ਕੋਈ ਪੈਸਾ ਨਹੀਂ ਲਵਾਂਗੇ ਅੰਬੈਸੀ ਫੀਸ ਵੀ ਨਹੀਂ ਲਵਾਂਗੇ ਕੈਨੇਡਾ ਹੈ ਯੂਐਸਏ ਹੈ ਯੂਕੇ ਹੈ ਆਸਟ੍ਰੇਲੀਆ ਹੈ ਸਿੰਗਾਪੁਰ ਹੈ ਮਾਲਟਾ ਇਹਨਾਂ ਕੰਟਰੀਜ਼ ਨੂੰ ਉੱਥੇ ਅਸੀਂ ਉਸ ਦਿਨ ਪ੍ਰਮੋਟ ਕਰਾਂਗੇ ਬ੍ਰਾਂਡਡ ਕੱਪੜਿਆਂ ਸਾਨੂੰ ਆਫਰ ਵੀ ਮਿਲਦਾ ਹੈ ਔਰ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਇੰਨੀ ਸੇਲ ਲੱਗੀ ਹੋਈ ਆ ਤਾਂ ਏਜੰਟ ਵੀ ਬੜੇ ਲਾਲਚ ਦਿੰਦੇ ਨੇ ਇਹ ਤੁਹਾਡੇ ਵੱਲੋਂ ਵੀ ਕੋਈ ਲਾਲਚ ਦਿੱਤਾ ਜਾਂਦਾ ਜਾਂ ਕੋਈ ਆਫਰ ਹੈਗਾ ਸਾਡੇ ਵੱਲੋਂ ਹੈਗਾ ਜੀ ਜਿਹੜੇ ਬੱਚੇ ਉਸ ਦਿਨ ਇਨਰੋਲ ਹੋਣਗੇ ਔਰ ਜਿਸ ਦਿਨ ਉਹਨਾਂ ਦਾ ਰਿਜ਼ਲਟ ਆਊਗਾ ਮਤਲਬ ਉਹਨਾਂ ਦਾ ਵੀਜ਼ਾ ਆਊਗਾ ਉਸ ਵੀਜ਼ੇ ਦੇ ਨਾਲ ਅਸੀਂ ਉਹਨਾਂ ਨੂੰ ਲੈਪਟਾਪ ਫ੍ਰੀ ਦਵਾਂ ਕੀ ਬਾਤ ਹੈ ਇਹ ਸਾਡੇ ਵੱਲੋਂ ਲਾਲਚ ਹੈ ਇਹ ਆਫ ਹੈ ਸਾਡੇ ਬ੍ਰਾਂਡ ਦਾ ਉਸ ਦੇ ਸਿਰਫ ਪਾਰਟਿਕੂਲਰ ਉਸ ਦੇਣ ਵਾਸਤੇ ਅੱਛਾ ਬੱਚੇ ਕਹਿੰਦੇ ਨੇ ਨਾਲੇ ਅਸੀਂ ਵੀਜ਼ਾ ਲੈ ਲਈ ਨਾ ਲਈ ਅਸੀਂ ਲੈਪਟਾਪ ਲੈ ਗਿਆ ਸਕੇ ਪੜ ਲਾਂਗੇ ਜੱਕੇ ਬਿਲਕੁਲ ਬਿਲਕੁਲ ਜੋ ਬੱਚਾ ਦੇ ਗਿਆ ਕਿ ਕੰਮ ਆਊਗਾ ਇਹ ਚੀਜ਼ ਬਿਲਕੁਲ ਤਾਂ ਬੱਚੇ ਤੁਹਾਡੇ ਕੋਲ ਆਉਣਗੇ ਤਾਂ ਜਦੋਂ ਤੁਸੀਂ ਬਹੁਤ ਸਾਰੇ ਫਾਈਲਾਂ ਆਈਆਂ ਹੋਣਗੀਆਂ ਤਾਂ ਬੱਚਿਆਂ ਦੇ ਕੋਲ ਜੇ ਤੁਹਾਨੂੰ ਵੀਜ਼ਾ ਕਿੰਨੇ ਕ ਦਿਨਾਂ ਦੇ ਵਿੱਚ ਤੁਹਾਡੇ ਕੋਲ ਆ ਜਾਂਦਾ ਕਈਆਂ ਦਾ ਮਹੀਨੇ ਬਾਅਦ ਵਿੱਚ ਅੰਦਾਜ਼ 45 ਦਿਨਾਂ ਦਾ ਵੀ ਹੁੰਦਾ ਆ ਪ੍ਰੋਸੀਜਰ ਤਾਂ ਇੱਕ ਵੀਜ਼ਾ ਤੁਹਾਡੇ ਕੋਲ ਕਿੰਨੇ ਦਿਨਾਂ ਦੇ ਵਿੱਚ ਆਇਆ ਹੋਇਆ ਹੈ ਦੇਖੋ ਜਿਵੇਂ ਏਦਾਂ ਆਸਟ੍ਰੇਲੀਆ ਦੀ ਗੱਲ ਕਰਾਂ ਮੇਰੇ ਕੋਲੇ ਆਸਟ੍ਰੇਲੀਆ ਦੇ ਵਿੱਚ ਇੱਕ ਦਿਨ ਦੇ ਵਿੱਚ ਵੀ ਵੀਜ਼ਾ ਹੈ ਔਰ ਅੱਜ ਆਸਟ੍ਰੇਲੀਆ ਦੇ ਵਿੱਚ ਤਿੰਨ ਤਿੰਨ ਮਹੀਨੇ ਹੋ ਗਏ ਫਾਈਲਾਂ ਲੱਗੀਆਂ ਤੇ ਰਿਜ਼ਲਟ ਨਹੀਂ ਆਇਆ ਨਾ ਰਿਫਿਊਜ਼ਲ ਨਾ ਵੀਜ਼ਾ ਇਹ ਸਰਕਾਰਾਂ ਦੇ ਉੱਤੇ ਸਾਰਾ ਕੁਝ ਡਿਪੈਂਡ ਕਰਦਾ ਹੈ ਪ੍ਰੋਫਾਈਲ ਠੀਕ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਦਾਂਗੇ ਕਿ ਪ੍ਰੋਫਾਈਲ ਨੂੰ ਵਧੀਆ ਕਰਕੇ ਲਈਏ ਤੇ ਜੋ ਹੁਣ ਨਤੀਜੇ ਆ ਉਹ ਸਰਕਾਰਾਂ ਨੇ ਦੇਣੇ ਆ ਰਿਜ਼ਲਟਸ ਸਾਨੂੰ ਨਹੀਂ ਦੇਣੇ ਇਹ ਸਪਾਊਸ ਵੀਜ਼ਾ हां श्योर स्पॉउस वीजा ऑस्ट्रेलिया ਦਾ ਯੂਕੇ ਦਾ ਅਸੀਂ ਡੀਲ ਕਰਦੇ ਹਾਂ ਬਹੁਤ ਵਧੀਆ ਤਰੀਕੇ ਨਾਲ ਡੀਲ ਹੈ ਔਰ ਕਾਫੀ ਬੱਚੇ ਹੈ ਮਤਲਬ ਜਾ ਚੁੱਕੇ ਹਸਬੰਡ ਵਾਈਫ ਦੋਨੋਂ ਦੋਨੋ ਰਾਜੋ ਕੇ ਬਿਲਕੁਲ ਜੀ ਸੋ ਤੁਸੀਂ ਹੁਣ ਇਹ ਕਹਿੰਦੇ ਹੋ ਕਿ ਤੁਹਾਡੇ ਕੋਲ ਆਣਗੇ ਤੁਹਾਡਾ ਸੈਮੀਨਾਰ ਚੁਰਾ 12 ਤਰੀਕ ਨੂੰ ਹੋ ਰਿਹਾ ਹੈ ਉਹ ਜੇ ਤੁਸੀਂ ਲੈਪਟਾਪ ਵੀ ਦੋਗੇ ਔਰ ਨਾਲ ਤੁਸੀਂ ਇਹ ਭਰੋਸਾ ਦਿੰਦੇ ਹੋ ਕਿ ਅਸੀਂ ਵੀਜ਼ਾ ਵੀ ਲੈ ਕੇ ਦਵਾਂਗੇ ਤੁਹਾਡੇ ਵੱਲੋਂ ਗਰੰਟੀ ਹੈ ਕਿ ਕੋਈ ਉਦਾਸ ਨਹੀਂ ਮੁੜੇਗਾ ਪ੍ਰੋਵਾਈਡਰ ਨਹੀਂ ਉਦਾਸ ਨਹੀਂ ਮੁੜੇਗਾ ਵੀਜ਼ੇ ਦੀ ਗਰੰਟੀ ਨਹੀਂ ਹੈ ਗਰੰਟੀ ਸਾਡੀ ਹੈ ਸਾਡੀ ਔਨੈਸਟੀ ਦੀ ਸਾਡੀ ਮਿਹਨਤ ਦੀ ਸਾਡੀ ਫਾਈਲ ਪ੍ਰੈਪਰੇਸ਼ਨ ਦੀ ਵੀਜ਼ਾ ਤਾਂ ਦੇਖੋ ਸਰਕਾਰ ਨਹੀਂ ਦੇਣਾ ਉਹਦੇ ਵਾਸਤੇ ਤੇ ਐਫਰਟ ਅਸੀਂ ਗਰੰਟੀ ਦਿੰਦੇ ਆ ਕਿ ਅਸੀਂ ਆਪਣੇ ਐਫਰਟ ਪੂਰੇ ਲਾਵਾਂਗੇ ਜੀ 100% ਵੀਜ਼ਾ ਤਾਂ ਕਦੀ ਕਿਸੇ 7 7.5 ਬੈਂਡ ਵਾਲੇ ਦੇ ਵੀ ਨਹੀਂ ਹੋਏ ਤੁਹਾਡਾ ਸੋਸ਼ਲ ਮੀਡੀਆ ਤੇ ਪੇਜ ਹੈਗਾ ਆ ਔਰ ਤੁਸੀਂ ਬਿਲਕੁਲ ਸਾਰੇ ਪਲੇਟਫਾਰਮ ਤੇ ਹੈਗਾ ਜੀ ਸਾਰੇ ਪੇਜ ਹੈ ਅਜੇ ਤੱਕ ਪੇਜ ਤੇ ਤੁਸੀਂ ਬਣਦੇ ਹੋ ਕਿ ਵੀਜ਼ਾ ਆ ਗਿਆ ਫਲਾਣੀ ਦਾ ਦੇਖੋ ਵੀਜ਼ਾ ਆਇਆ ਕਦੇ ਇਹ ਵੀ ਪਾਇਆ ਕਿ ਅਦੀ ਫਲਾਣੇ ਦੀ ਰਿਫਿਊਜ਼ਲ ਵੀ ਆਈ ਹੈ ਨਹੀਂ ਕਦੀ ਨਹੀਂ ਪਾਇਆ ਇੱਕ ਨਹੀਂ ਪਾਦੇ ਜਿਨ੍ਹਾਂ ਕੇ ਹਾਂ ਕਿ ਇਹ ਜਾਣਨਾ ਚਾਹਦਾ ਕਿ ਹਾਂਜੀ ਸਾਡੇ ਇੰਡੀਆ ਰਿਫਿਊਜ਼ ਲਾ ਵੀ ਆਈਆਂ ਐਨੇ ਸਾਡੇ ਵੀਜ਼ੇ ਵੀ ਆਏ ਹੈਗੇ ਠੀਕ ਹੈ ਤੁਹਾਡਾ ਸਵਾਲ ਅੱਛਾ ਹੈ ਹੁੰਦਾ ਇਹ ਹੈ ਕਿ ਜਿਸ ਬੱਚਿਆਂ ਦੇ ਵੀਜ਼ੇ ਆਉਂਦੇ ਆ ਨਾ ਉਹ ਵੀ ਸਾਰੇ ਨਹੀਂ ਅਲਾਉ ਕਰਦੇ ਕਿ ਸਾਡਾ ਪੇਜ ਤੇ ਪਾਓ ਜ਼ਿਆਦਾਤਰ ਬੱਚਿਆਂ ਦੀ ਕੀ ਗੱਲ ਹੁੰਦੀ ਹੈ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂ ਦੱਸਣਾ ਨਹੀਂ ਸਾਡੇ ਬੱਚੇ ਦਾ ਵੀਜ਼ਾ ਆ ਗਿਆ ਇਸ ਕਰਕੇ ਅਸੀਂ ਦੂਸਰੇ ਏਜੰਟਾਂ ਵਾਂਗੂ ਬਿਨਾਂ ਦੱਸੇ ਨਹੀਂ ਪੇਸ ਤੇ ਪਾਉਂਦੇ ਅਸੀਂ ਉਹਨਾਂ ਤੋਂ ਕੰਸੈਂਟ ਲੈਨੇ ਪਹਿਲਾ ਰਿਟਰਨ ਅਸੀਂ ਇਹ ਰਿਟਰਨ ਲੈਟਰ ਤੇ ਰਿਵਿਊ ਲੈਨੇ ਬੇ ਅਸੀਂ ਪਾ ਦਈਏ ਤੂੰ ਸੈਟੀਸਫਾਈਡ ਆ ਸਾਡੀ ਸਰਵਿਸ ਤੋਂ ਉਹ ਕਹਿੰਦਾ ਹਾਂਜੀ ਸੜ ਮੈਂ ਰਿਟਰਨ ਤਾਂ ਦੇ ਦੰਨਾ ਬਟ ਮੈਂ ਫੋਟੋ ਨਹੀਂ ਕਰਾਉਣੀ ਮੇਰਾ ਵੀਜ਼ਾ ਨਾ ਪਾਇਓ ਜੀ ਜੇ ਮੇਰਾ ਵੀਜ਼ਾ ਪਾਉਣਾ ਮੇਰਾ ਨਾਮ ਕੱਟ ਦਿਓ ਤੇ ਜਿੱਥੇ ਬੱਚੇ ਇਹ ਕਹਿੰਦੇ ਆ ਤਾਂ ਸਾਡੀ ਰਿਫਿਊਜ਼ ਆਪਦੀ ਰਿਫਿਊਜ਼ਲ ਕਿਉਂ ਪਾਣ ਦੇਣਗੇ ਸਾਨੂੰ ਇਸ ਕਰਕੇ ਵੀਜ਼ੇ ਵਾਲੇ ਵੀ ਨਹੀਂ ਸਾਰੇ ਅਲੋਕ ਕਰਦੇ ਸਾਨੂੰ ਜਿੰਨੇ ਸਾਡੇ ਵੀਜ਼ੇ ਆਉਂਦੇ ਆ ਨਹੀਂ ਪਾ ਸਕਦੇ ਏਜੰਟਸ ਦੇ ਆ ਏਜੰਟਸ ਕਹਿੰਦਾ ਤੁਸੀਂ ਨਹੀਂ ਪਾਣਾ ਜੀ ਮੈਂ ਆਪਦੇ ਪੇਜ ਤੇ ਪਾਉਂਗਾ ਹੈਨਾ ਤੇ ਜਿਹੜਾ ਸਟੂਡੈਂਟ ਆ ਸਟੂਡੈਂਟ ਸਾਰੇ ਉਹ ਕਹਿੰਦੇ ਜੀ ਜਦੋਂ ਅਸੀਂ ਪਹੁੰਚ ਗਏ ਜੀ ਫਿਰ ਪਾ ਦਿਓ ਪਾ ਦਿਓ ਬਿਲਕੁਲ ਤੇ ਪਹੁੰਚਣ ਤੋਂ ਬਾਅਦ ਫਿਰ ਸਾਨੂੰ ਨਕਲ ਕਾਪੀ ਨਹੀਂ ਦਿੰਦੇ ਉਹਦੀ ਉਹ ਕਹਿੰਦੇ ਜੀ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ ਵੀ ਮੈਂ ਤਾਂ ਖੁਸ਼ ਆਂ ਜੀ ਹੈਨਾ ਇੰਨੀ ਬਹੁਤ ਦੱਬਾ ਦੇ ਜਾਂਦੇ ਨੇ ਬਸ ਜਾਣ ਲੱਗੇ ਬਹੁਤ ਸਾਡੇ ਲਈ ਜੀ ਬਿਲਕੁਲ ਜੀ ਸੋ ਹੁਣ ਤੱਕ ਇਮਾਨਦਾਰੀ ਨਾਲ ਚੱਲਦੇ ਆਇਓ ਤਾਂ ਅਸੀਂ ਵੀ ਚਾਹਾਂਗੇ ਕਿ ਪ੍ਰੋਵਾਈਡਰ ਓਵਰਸੀਜ਼ ਹਮੇਸ਼ਾ ਇਮਾਨਦਾਰੀ ਦੇ ਨਾਲ ਹੀ ਚੱਲੇ ਕਿਉਂਕਿ ਮਾਪੇ ਬਹੁਤ ਸਾਰੇ ਚਾਹ ਸੁਪਨੇ ਲੈ ਕੇ ਕਿਉਂਕਿ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਜੇਕਰ ਬੱਚਿਆਂ ਦੇ ਸੁਪਨੇ ਮਰ ਜਾਂਦੇ ਆ ਤਾਂ ਮਾਪੇ ਵੀ ਟੈ ਟੇਰੀ ਹੋ ਜਾਂਦੇ ਕਿ ਅਸੀਂ ਆਪਣੇ ਪੁੱਤ ਤੇ ਧੀ ਨੂੰ ਕਰਜ਼ਾ ਚੱਕ ਕੇ ਭੇਜ ਰਹੇ ਆ ਤਾਂ ਸਾਨੂੰ ਏਜੰਟ ਸ਼ੰਕਾ ਮਿਲੇ ਤਾਂ ਅਸੀਂ ਵੀ ਅਪੀਲ ਕਰਦੇ ਆ ਪੂ ਪੰਜਾਬ ਦੇ ਰਾਹੀ ਕਿ ਕੋਈ ਵੀ ਏਜੰਟ ਕਿਸ ਨਾਲ ਧੋਖੇਬਾਜ਼ੀ ਜਾਂ ਠੱਗੀ ਨਾ ਕਰੇ ਜੇਕਰ ਸਾਡੇ ਚੈਨਲਾਂ ਤੇ ਆ ਕੇ ਤੁਸੀਂ ਰਿਵਿਊਸ ਵੀ ਦਿਨੇ ਹੋ ਤਾਂ ਬੇਖਸ ਇਥੋਂ ਜ਼ਮੀਰ ਤੋਂ ਦਿਆ ਕਰੋ ਕਿ ਸ਼ਾਇਦ ਕਿਤਨਾ ਕਿਤੇ ਪੈਸਾ ਤੁਹਾਨੂੰ ਵੀ ਨੁਕਸਾਨ ਪਹੁੰਚਾਏਗਾ ਕਹਿੰਦੇ ਠੱਗੀ ਦਾ ਮਾਰਿਆ ਹੋਇਆ ਕੰਮ ਨਹੀਂ ਆਂਦਾ ਕੰਮ ਨਹੀਂ ਆਂਦਾ ਬਿਲਕੁਲ ਤੇ ਤੁਹਾਡੇ ਨਾਲ ਦੇ ਪੈਸੇ ਵੀ ਲੈ ਜਾਂਦਾ ਸੋ ਬਿਲਕੁਲ ਜੀ ਸੋ ਸ਼ੁਕਰੀਆ ਅਸੀਂ ਚਾਹਾਂਗੇ ਕਿ ਤੁਸੀਂ ਐਸੀ ਤਰ੍ਹਾਂ ਬੱਚਾ ਨੂੰ ਭੇਜੋ ਔਰ ਅ ਵਸੇ ਇਥੇ ਤਾਂ ਕੁਝ ਮਿਲਣੇ ਹਾਲੇ ਤੱਕ ਬੰਤਵਾਨ ਕਹਿੰਦੇ ਆ ਕਿ ਬੱਚਾ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ ਸੋ 50 ਸਾਲ ਲੱਗ ਜਾਣਗੇ ਇਸ ਗੱਲ ਨੂੰ ਜੇ ਤੁਹਾਡੇ ਕੋਲ ਆਂਦੇ ਆ ਤਾਂ ਅਸੀਂ ਜ਼ਰੂਰ ਕਵਾਂਗੇ ਕਿ ਉਹਨਾਂ ਦੇ ਨਾਲ ਜਸਟੀਫਾਈ ਕਰੋ ਉਹਨਾਂ ਨੂੰ ਇਨਸਾਫ ਮਿਲੇ ਬੱਚੇ ਤ੍ਰਿਕੀ ਨਾਲ ਪਹੁੰਚਣ ਬਾਅਦ ਸੋ ਕੋਈ ਅਪੀਲ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਬਸ ਮੈਂ ਇਹੀ ਬੱਚਾ ਨੂੰ ਕਹਿਣਾ ਚਾਹੁੰਗਾ ਵੀ ਕਿਸੇ ਵੀ ਏਜੰਟਸ ਨੂੰ ਇੱਕ ਵਾਰੀ ਫਾਈਲ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲੋ ਬਿਨਾ ਪਰਖੇ ਕਦੀ ਵੀ ਕਿਸੇ ਕੋਲੇ ਆਪਣਾ ਫਾਈਲ ਅਪਲਾਈ ਨਾ ਕਰੋ ਨਹੀਂ ਹੈ ਜੀ ਸੋ ਬਿਲਕੁਲ ਜੀ 12 April ਵਾਲੀ 3 ਕਿ ਬਿਲਕੁਲ ਨਹੀਂ ਭੁੱਲੀ ਜੇਕਰ ਆਉਣਾ ਚਾਹੁੰਦੇ ਹੋ ਤਾਂ ਬਰਨਾਲਾ ਦੇ ਵਿੱਚ ਜਿਹੜਾ ਇਸ ਵੇਲੇ ਤੁਹਾਨੂੰ ਇੱਕ ਵੱਡਾ ਆਫਰ ਜਿਹੜਾ ਦਿੱਤਾ ਜਾ ਰਿਹਾ ਮਨਦੀਪ ਸਿੰਘ ਆਲਖ ਵੱਲੋਂ ਜੋ ਕਿ ਇੱਕ ਸੈਮੀਨਾਰ ਹੋਣ ਜਾ ਰਿਹਾ ਹੈ ਔਰ ਦੇ ਵਿੱਚ ਤੁਸੀਂ ਪ੍ਰੋਵਾਈਡਰ ਓਵਰ ਸੀਜ਼ ਦੇ ਰਾਹੀਂ ਤੁਸੀਂ ਜਾ ਸਕਦੇ ਹੋ ਮਿਲ ਸਕਦੇ ਹੋ ਜੇਕਰ ਤੁਹਾਡੀ ਫਾਈਲ ਰਿਫਿਊਜ਼ਲ ਹੋ ਚੁੱਕੀ ਹੈ ਜਾਂ ਤੁਸੀਂ ਰਫਿਊਜ਼ਲਾਂ ਤੋਂ ਹੰਬ ਚੁੱਕੇ ਹੋ ਜਾਂ ਫਿਰ ਤੁਸੀਂ ਪਹਿਲੀ ਵਾਰ ਜਾਣਾ ਹੈ ਤਾਂ ਦਿਲ ਤੱਕ ਤੱਕ ਕਰਦਾ ਹੈ ਕਿ ਚੰਗਾ ਏਜੰਟ ਕਿਵੇਂ ਮਿਲੇ ਤਾਂ ਇੱਕ ਵਾਰ ਸੈਮੀਨਾਰ ਟੈਂਡ ਕਰਿਓ ਜੇ ਚੰਗਾ ਲੱਗਾ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਫਲੈਸ਼ ਨੰਬਰ ਹੋ ਰਹੇ ਨੇ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮਿਲ ਸਕਦੇ ਹੋ ਇਹਨਾਂ ਨੂੰ ਤੇ ਬਰਨਾਲਾ ਦੇ ਵਿੱਚ 12 ਤਰੀਕ ਨੂੰ ਸੈਮੀਨਾਰ ਲੈਪਟਾਪ ਵੀ ਲਿਜਾ ਸਕਦੇ ਹੋ ਨਾਲ ਵੀਜ਼ਾ ਵੀ ਪਾ ਸਕਦੇ ਹੋ ਸੋ ਹੁਣ ਤੁਸੀਂ ਤੁਹਾਡੇ ਤੋਂ ਲਵਾਂਗੇ ਆ ਗਿਆ ਸੋ ਕਿ ਸਤਿ ਮਨਪ੍ਰੀਤ ਹੋਰ ਵਿਕੀ ਦੇ ਨਾਲ ਮਨਦੀਪ ਕੌਰ ਸੰਧੂ ਸਤਿ ਸ਼੍ਰੀ ਅਕਾਲ